ਤੇਰੇ ਮਨ ਨੂੰ ਤਾਂ ਹੈਗਾ ਬਈ ਮੈਂ ਹੁਣ ਘੰਟੇ ਦੋ ਘੰਟੇ ਨੂੰ ਲੋੜ ਨਹੀਂ ਉਦੋਂ ਇੱਕ ਬੱਕਰੀ ਨੇ ਮਿੰਗਣ ਕਰਤੀ ਸਾਰੀਆਂ ਬੱਕਰੀਆਂ ਧਿਆਈਆਂ ਬੈਠੀਆਂ ਰਹਿਣੀਆਂ ਉਹ ਮਿੰਗਣ ਵਾਲਾ ਪਾਣੀ ਨਹੀਂ ਪੀਂਦੀਆਂ ਅੱਛਾ ਇੰਨਾ ਇੰਨਾ ਦਾ ਇੰਨਾ ਸੋਹਣਾ ਹੈ ਕੰਮ ਇਹ ਤੇ ਰੂਗੋ ਚ ਵੀ ਵੇਖੋ ਜੀ ਸਾਰੇ ਦੋਸਤਾਂ ਨੂੰ ਬਈ ਚੰਗੇ ਲੱਗਣਗੇ ਇਹ ਦੇਖਣ ਚ ਕੋਈ ਖਰਚਾ ਹੈ ਤੇ ਐਡਾ ਆਉਂਦਾ ਨਹੀਂਗਾ ਹਾਂ ਤਾਂ ਹੈ ਜੀ ਗਲਾਈ ਕਰਤੀ ਇਹ ਆਪਾਂ ਤੇ ਆਊਟਡੋਰ ਤੇ ਸਪੈਸ਼ਲ ਧਿਆਨ ਰੱਖਿਆ ਵੀ ਅੰਦਰ ਜੇ 20 ਫੁੱਟ ਜਗ੍ਹਾ ਹੈ ਤਾਂ ਬਾਹਰ ਉਦੋਂ ਦੁੱਗਣੀ 40 ਫੁੱਟ ਜਗ੍ਹਾ ਹੋਣੀ ਚਾਹੀਦੀ ਹੈ ਨਾ ਤੇ ਬਾਕੀ ਅੱਕੇ ਦੀ ਬਈ ਹੁਣ ਉਚਾਈ ਦੀ ਗੱਲ ਕਰ ਲਈਏ ਛੱਤ ਦੀ ਹਨਾ ਮੇਨ ਦੋਸਤ ਇਹ ਕਮੈਂਟ ਕਰਦੇ ਬਈ ਛੱਤ ਕਿੰਨੇ ਫੁੱਟ ਤੇ ਰੱਖੀ ਐ ਜੇ ਤਾਂ ਦੋਸਤੋ ਤੁਸੀਂ ਸੀਮੈਂਟ ਡਾਲੀਆਂ ਪਾਓ 200000 ਰੁਪਿਆ ਵੱਧ ਤੁਹਾਡਾ ਭਰਤ ਤੇ ਲੱਗ ਜੂ ਪਰ ਉਹਦਾ ਬਈ ਤੁਹਾਨੂੰ ਕੋਈ ਦੁੱਖ ਨਹੀਂਗਾ ਬਾਅਦ ਚ ਜੀ ਜੀ ਕੋਈ ਵੀ ਫਾਰਮ ਪਾਉਣਾ ਆਪਦਾ ਪਾਣੀ ਤੋਂ ਹੜ੍ਹਾਂ ਤੋਂ ਬਚਾ ਕੇ ਰੱਖਣਾ ਹਾਂ ਸਣੀ ਪਾਇਆ ਬੱਕਰੀ ਤੇ ਜੀ ਜੀ ਤੇ ਤੁਸੀਂ ਵੀ ਨਹੀਂ ਰੱਸਾ ਪਾਉਣਾ ਜੇ ਰੱਸੇ ਨਾਲ ਬਣ ਕੇ ਤੁਸੀਂ ਕਰੋਗੇ ਗੋਡ ਫਾਰਮਿੰਗ ਉਹ ਕਾਮਯਾਬ ਨਹੀਂ ਹੋਣੀ ਬਈ ਸਰ ਛੱਤ ਤੁਸੀਂ ਬੜਾ ਇਹਦਾ ਹੋਇਆ ਇਸ ਚੀਜ਼ ਦੀ ਕਿਸ ਚੀਜ਼ ਦੀ ਬਣਾਈ ਹੈ ਇਹ ਕਿਵੇਂ ਹੈ ਇਹ ਇਹ ਵੀਰੇ ਆਪਾਂ ਜਿਵੇਂ ਪੁਰਾਣੇ ਆਪਣੇ ਮਕਾਨ ਤੁਸੀਂ ਦੇਖੋਗੇ ਹਨਾ ਹਾਂ ਅਲੱਗ ਅੱਗੇ ਗਰੀਬੀ ਮਾਰਾ ਹੀ ਬਣਾਉਂਦਾ ਹੁੰਦਾ ਸੀ ਇਹ ਪਰ ਉਹ ਆਪਣੇ এনवायरमेंट ਦੇ ਹਿਸਾਬ ਨਾਲ ਬਹੁਤ ਵਧੀਆ ਸੀ ਗਰਮੀਆਂ 'ਚ ਠੰਡੀ ਰਹਿੰਦੀ ਸੀ ਸਿਆਲਾਂ ਦੇ ਵਿੱਚ ਨਿੱਘ ਆਉਂਦਾ ਸੀ ਆਪਣੇ ਤੋਂ ਕੱਚਾ ਕਮਰਾ ਤੁਹਾਡਾ ਕੋਈ ਵੀ ਉੱਥੇ ਰਹਿ ਕੇ ਦੇਖ ਲਓ ਜੀ ਹਾਂ ਬਿਲਕੁਲ ਤੇ ਇਹ ਮੈਂ ਛੱਤ ਪਾਈ ਆ ਸਰਕਾਨੇ ਦੀ ਨਹੀਂ ਆਪਾਂ ਕਰਦੇ ਆ ਇਹਨਾਂ ਦੀ ਫਿਟਿੰਗ ਕਰਦੇ ਆ ਬਿਜਲੀ ਦੀ ਵੀ ਇਹਦੇ ਕੀ ਸਾਵਧਾਨੀਆਂ ਵਰਤੀਆਂ ਜਾਣ ਤਾਂ ਜੋ ਇਹ ਨਾ ਬਈ ਬਹੁਤ ਸਾਡੇ 11 ਦੋਸਤਾਂ ਦੇ ਨਾ ਬਈ ਲੱਖ ਲੱਖ ਦੋ ਦੋ ਲੱਖ ਦੇ ਵੀ ਬੱਕਰੇ ਮਰੇ ਆ ਕਰੰਟ ਨਾਲ ਅੱਛਾ ਹਾਂਜੀ ਇਹਦੇ ਬਾਰੇ ਹੁਣ ਇੱਕ ਖੁੱਲੀਆਂ ਦਾ ਬਹੁਤ ਰਹਿੰਦਾ ਵੀ ਛੋਟੀ ਬਣਾਈਏ ਵੱਡੀ ਬਣਾਈਏ ਇੱਕ ਉੱਚੀ ਨੀਵੀ ਇਹਦੇ ਬਾਰੇ ਵੀ ਦੱਸੋ ਖੁੱਲ੍ਹੀ ਬਾਰੇ ਕੀ ਕਿੱਦਾਂ ਇਹਦਾ ਬਈ ਵੀ ਦਰਸ਼ਕੋ ਕਾਫੀ ਜਿਹੜਾ ਹੈਗਾ ਆ ਮਾਡਰਨ ਟਾਈਪ ਦਾ ਇਹਨਾਂ ਨੇ ਬਣਾਇਆ ਹੋਇਆ ਹੈ ਦਿਸ਼ਾ ਦੇ ਵੀ ਬੇਸ ਤੇ ਵੀ ਤੇ ਲੰਬਾਈ ਚੌੜਾਈ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਹੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਟੱਡੇ ਡੇਰੀ ਫਾਰਮਿੰਗ ਦੇ ਵਿੱਚ ਤੇ ਅੱਜ ਦੀ ਵੀਡੀਓ ਆਪਣੇ ਲਈ ਸਪੈਸ਼ਲ ਹੋਣ ਵਾਲੀ ਹੈ ਕਿਉਂਕਿ ਅੱਜ ਆਪਾਂ ਤੁਹਾਨੂੰ ਮਿਲਾਵਾਂਗੇ ਜੋ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਨੇ ਤੇ ਉਹਦੇ ਨਾਲ-ਨਾਲ ਉਹਨਾਂ ਦੇ ਉਹਨਾਂ ਨੇ ਇੱਕ ਉਦਮ ਕਰਕੇ ਉਪਰਾਲਾ ਕਰਕੇ ਨਾ ਇੱਕ ਬੱਕਰੀ ਫਾਰਮਿੰਗ ਦੇ ਵਿੱਚ ਇੱਕ ਆਪਣਾ ਵਿਸ਼ੇਸ਼ ਥਾਨ ਜਿਹੜਾ ਹੈ ਉਹ ਅੱਜ ਕੱਲ ਰੱਖ ਰਹੇ ਨੇ ਤੁਹਾਨੂੰ ਆਪਾਂ ਮਿਲਾਵਾਂਗੇ ਰਾਜਵੀਰ ਬਰਾੜ ਜੀ ਦੇ ਨਾਲ ਤੇ ਆਪਾਂ ਇਹਨਾਂ ਤੋਂ ਪੁੱਛਾਂਗੇ ਜਿਹੜਾ ਇਹਨਾਂ ਨੇ ਨਵਾਂ ਸ਼ੈੱਡ ਬੱਕਰੀਆਂ ਦੇ ਵਾਸਤੇ ਤਿਆਰ ਕੀਤਾ ਹੈ ਤੇ ਕਿੱਦਾਂ ਤਿਆਰ ਹੋ ਸਕਦਾ ਹੈ ਘੱਟ ਖਰਚੇ ਦੇ ਵਿੱਚ ਜਿਹੜਾ ਹੈ ਇਹਨਾਂ ਨੇ ਤਿਆਰ ਕੀਤਾ ਹੈ ਤੇ ਬੱਕਰੀਆਂ ਤੋਂ ਇਲਾਵਾ ਹੋਰ ਇਹ ਕੀ ਕੀ ਇੱਥੇ ਫੈਸਿਲਿਟੀਆਂ ਇੱਥੇ ਹੋਣਗੀਆਂ ਤੇ ਆਪਾਂ ਤੁਹਾਨੂੰ ਫਾਰਮ ਵੀ ਸਾਰਾ ਦਿਖਾਵਾਂਗੇ ਸਾਰਾ ਕੁਝ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਟੱਡੇ ਡੈਰੀ ਫਾਰਮ ਜਿੰਨੇ ਵੀ ਸਰੋਤੇ ਦੇਖ ਰਿਹਾ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਸਵਾਗਤ ਆ ਬਈ ਆਪਣੇ ਫਾਰਮ ਤੇ ਜੀ ਬਾਈ ਜੀ ਆਪਣੇ ਫਾਰਮ ਦੇ ਬਾਰੇ ਤੇ ਸਾਰਾ ਜਾਣਕਾਰੀ ਤੁਹਤੋਂ ਲੈਣਾ ਆਪਾਂ ਪਹੁੰਚੇ ਆ ਇੱਥੇ ਤੇ ਦੱਸੋ ਵੀ ਕਿਸ ਤਰ੍ਹਾਂ ਆਪਣਾ ਇਹ ਜਿਹੜਾ ਫਾਰਮ ਬਣਿਆ ਹੋਇਆ ਜੀ ਇਹ ਆਪਣਾ ਕੋਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡੇ ਦੇ ਆਪਣਾ ਹੈਗਾ ਜੀ ਜਿਹੜੀ ਲੋਕੇਸ਼ਨ ਆ ਤੇ ਆਪਾਂ ਐਂਟਰੀ ਤੇ ਕਿਉਂ ਖੜ ਗਏ ਬਈ ਸੋਨੂ ਨਾ ਜਦੋਂ ਸਾਰੀ ਵੀਡੀਓ ਦੋਸਤੋ ਦੇਖੋ ਜੇ ਤੇ ਜੇ ਕਿਸੇ ਭਰਾ ਨੇ ਖੇਤ ਚ ਫਾਰਮ ਬਣਾਉਣਾ ਜਾਂ ਆਪਦੇ ਘਰ ਤੋਂ ਦੂਰ ਫਾਰਮ ਬਣਾਉਣਾ ਜਾਂ ਨਵਾਂ ਫਾਰਮ ਬਣਾਉਣਾ ਹੈ ਭਾਂਾਂ ਦੀ ਬੱਕਰੀਆਂ ਦਾ ਮੇਰਾ ਕੰਮ ਬੱਕਰੀਆਂ ਗੋਡ ਫਾਰਮਿੰਗ ਦਾ ਤੇ ਪਰ ਬਾਈ ਜੀ ਤੁਹਾਡੇ ਚੈਨਲ ਤੇ ਮੱਝਾਂ ਗਾਈਆਂ ਵਾਲੇ ਮੈਂ ਦੇਖਿਆ ਬਹੁਤ ਜੁੜਿਆ ਭਰਾ ਉਹਨਾਂ ਨੇ ਵੀ ਬਾਈ ਫਾਰਮ ਤਿਆਰ ਕਰਨਾ ਉਹ ਵੀ ਇਹ ਤੋਂ ਮਾਡਲ ਤਿਆਰ ਕਰ ਸਕਦੇ ਆ ਤੇ ਕੋਈ ਆਪਾਂ ਵੱਡੇ ਵੱਡੇ ਲੋਹੇ ਦੇ ਵੱਡੇ ਰਾੜ ਪਾ ਕੇ ਜਾਂ ਵੱਡੇ ਵੱਡੇ ਛੱਡ ਨਹੀਂ ਪਾਏ ਬਹੁਤ ਘੱਟ ਖਰਚੇ ਹੀ ਤਿਆਰ ਕਰਿਆ ਬਈ ਇਹ ਤੇ ਅੱਜ ਤੁਹਾਨੂੰ ਦਿਖਾਉਣੇ ਆ ਇੱਕ ਦੋਸਤੋ ਜਿਹੜੀ ਹਾਂ ਜਿਹੜੀ ਮੇਨ ਐਂਟਰੀ ਹੁੰਦੀ ਹੈ ਜਿੱਥੇ ਹੁਣ ਮੰਨ ਲਓ ਤੁਸੀਂ ਮੇਰੇ ਫਾਰਮ ਤੇ ਐਂਟਰ ਹੋ ਗਏ ਇਹਦੇ ਵਿੱਚ ਇੱਕ ਵਿਸ਼ੇਸ਼ ਧਿਆਨ ਰੱਖਣ ਜੋ ਗੱਲ ਹੈਗੀ ਆ ਜਿਹੜਾ ਮੇਰਾ ਮੇਨ ਲੇਬਰ ਦਾ ਕਮਰਾ ਜਾਂ ਮੇਰਾ ਹੈਗਾ ਮੇਨ ਕਮਰਾ ਹਨਾ ਉਹ ਮੇਨ ਐਂਟਰੀ ਈ ਹੈ ਤੁਸੀਂ ਹੋਰ ਫਾਰਮਾਂ ਤੇ ਦੇਖੋਗੇ ਪਹਿਲਾਂ ਫਾਰਮ ਬਣਾ ਲੈਂਦੇ ਆ ਉਹ ਜਿਹੜਾ ਨਿਗਰਾਨੀ ਵਾਲਾ ਕਮਰਾ ਹੁੰਦਾ ਜਾਂ ਆਪਣੇ ਲੇਬਰ ਰਹਿੰਦੀ ਆ ਉਹ ਲਾਸਟ ਤੇ ਹੁੰਦਾ ਬਿਲਕੁਲ ਹੁਣ ਜਦੋਂ ਤੁਸੀਂ ਇੱਥੇ ਆਏ ਮੈਂ ਤੁਹਾਨੂੰ ਇੱਥੇ ਹੀ ਰੋਕ ਲਿਆ ਹਾਂ ਠੀਕ ਹੈ ਜੇ ਤੁਹਾਨੂੰ ਮੰਨ ਲਓ ਫਾਰਮ 'ਚ ਐਂਟਰੀ ਮੈਂ ਦੇਣਾ ਚਾਹਣਾ ਤਾਂ ਤੁਹਾਨੂੰ ਪੁੱਛ ਗਏ ਚ ਕਿ ਕੌਣ ਆ ਬਈ ਜਾਂ ਕਈ ਵਾਰੀ ਆਪਣੇ ਲੇਬਰ ਨਹੀਂ ਜਾਣਦੇ ਹੁੰਦੀ ਬੰਦਾ ਆਪਣਾ ਯਾਰ ਮਿੱਤਰ ਹੀ ਆ ਜਾਂਦਾ ਤੇਰੀ ਕੋਈ ਗਲਤ ਅਨਸਰ ਆ ਜਾਂਦਾ ਜਿਹੜੇ ਨੇ ਕੋਈ ਆਪਣਾ ਨੁਕਸਾਨ ਕਰਨ ਦਾ ਹਨਾ ਜਾਨਵਰਾਂ ਦਾ ਉਹ ਇੱਥੋਂ ਹੀ ਪੁੱਛੂਗਾ ਆਪਾਂ ਨੂੰ ਠੀਕ ਹੈ ਜੇ ਤੁਹਾਨੂੰ ਗਾਂ ਬਾੜਨ ਜੋਗੇ ਹੋਏ ਤੁਸੀਂ ਬਾੜ ਲੂਗਾ ਉਹ ਨਹੀਂ ਇੱਥੇ ਹੀ ਵਾਪਸ ਕਰ ਦੋ ਤੁਹਾਨੂੰ ਚਾਹ ਪਾਣੀ ਪਿਆ ਕੇ ਠ ਜਿਹੜਾ ਵੀ ਤੁਸੀਂ ਐਂਟਰੀ ਤੇ ਕਮਰਾ ਬਣਾਉਣਾ ਆਪਦਾ ਜਿਹੜਾ ਮੇਨ ਆ ਉਹ ਐਂਟਰੀ ਤੇ ਬਣਾਉਣਾ ਠੀਕ ਹੈ ਜੀ ਤੇ ਆਪਾਂ ਇਹ ਚ ਤੁਹਾਨੂੰ ਦਿਖਾਉਣੇ ਆ ਜੋ ਅੰਦਰ ਜਿਹੜਾ ਕਮਰੇ ਦੇ ਨਾਲ ਹੀ ਤੁਸੀਂ ਫਾਰਮ ਆਪਦਾ ਸਾਂਝਾ ਜੋਇੰਟ ਕਰ ਸਕਦੇ ਹੋ ਠੀਕ ਹੈ ਕਮਰੇ ਦੇ ਨਾਲ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਵੀ ਇੱਕ ਤੁਹਾਨੂੰ ਥੋੜੀ ਜਿਹੀ ਆਪਣਾ ਨਾ ਹਜੇ ਕੰਮ ਚੱਲ ਰਿਹਾ ਫਾਰਮ ਦਾ ਪ੍ਰੋਪਰ ਤਿਆਰ ਨਹੀਂ ਹੋਇਆ ਦੱਸਣਾ ਚਾਹਾਂਗੇ ਕਿ ਬਿਲਕੁਲ ਹੀ ਨਵਾਂ ਹਜੇ ਬਣਾ ਰਹੇ ਨੇ ਸੈਟਅਪ ਆ ਦੇਖੋ ਜਿਹੜਾ ਦੋਸਤੋ ਆਪਣਾ ਪੁਰਾਣਾ ਫਾਰਮ ਆ ਉਹ ਘਰੇ ਹੈਗਾ ਉੱਥੇ ਵੀ ਤੁਹਾਨੂੰ ਵੈਸੇ ਕਰਾਵਾਂਗੇ ਇਹ ਹੁਣ ਨਵਾਂ ਖੇਤ ਦੇ ਵਿੱਚ ਬਣਾਇਆ ਇੱਧਰ ਤੁਹਾਨੂੰ ਆਪਾਂ ਇਹਨਾਂ ਨੇ ਜਿਹੜਾ ਹੁਣ ਆਪਾਂ ਇੱਥੇ ਦਿਖਾ ਦਿੰਨੇ ਆ ਠੀਕ ਹੈ ਇਹ ਬਈ ਦੇਖੋ ਜਿਹੜਾ ਆਪਣਾ ਆ ਕਮਰਾ ਤੇ ਨਾਲ ਫਾਰਮ ਹੈ ਠੀਕ ਹੈ ਇਹ ਚ ਇੱਕ ਗੱਲ ਤੁਸੀਂ ਜ਼ਰੂਰ ਰੱਖਣੀ ਆ ਇੱਥੇ ਵਿੰਡੋ ਜ਼ਰੂਰ ਰੱਖਣੀ ਆ ਕੰਦ ਚ ਵਿੰਡੋ ਹਾਂ ਮੈਂ ਵਿੰਡੋ ਦੀ ਥਾਂ ਤੇ ਥੋੜਾ ਜਿਹਾ ਹੋਰ ਅਪਗ੍ਰੇਡ ਕੀਤਾ ਮੈਂ ਮੈਂ ਗੇਟ ਹੀ ਰੱਖਤਾ ਤੁਸੀਂ ਗੇਟ ਰੱਖਿਆ ਹਾਂ ਕੱਲ ਨੂੰ ਇੱਥੋਂ ਕੋਈ ਬੱਕਰੀ ਨੂੰ ਰਾਤ ਨੂੰ ਦਿੱਕਤ ਆਉਂਦੀ ਆ ਮੇਰਾ ਬੰਦਾ ਇੱਥੇ ਪਿਆ ਠੀਕ ਹੈ ਉਹਨੂੰ ਬਾਹਰ ਜਾਣ ਦੀ ਬਜਾਏ ਕਿ ਜੇ ਮੀਂਹ ਕਰੀ ਹੁੰਦਾ ਨੇੜਾ ਹੁੰਦਾ ਜਾਂ ਬਾਹਰੋਂ ਆਪਾਂ ਜਿੰਦੇ ਨਹੀਂ ਖੋਲਣੇ ਹੁੰਦੇ ਖੇਤ ਦੇ ਵਿੱਚ ਹੈਗਾ ਉਹ ਇੱਥੋਂ ਹੀ ਐਂਟਰੀ ਕਰਕੇ ਆਪ ਦਾ ਟ੍ਰੀਟਮੈਂਟ ਕਰ ਸਕਦਾ ਠੀਕ ਹੈ ਇਹ ਦੋਸਤੋ ਜਰੂਰ ਤੁਸੀਂ ਧਿਆਨ ਰੱਖਣਾ ਜਿਹੜਾ ਮੇਨ ਆ ਕਮਰਾ ਆਪਣਾ ਤੇ ਫਾਰਮ ਦੀ ਜਿਹੜੀ ਸਾਂਝੀ ਕੰਦ ਹੈ ਉਹਦੇ ਚ ਵਿੰਡੋ ਤਾਂ ਜਰੂਰੀ ਰੱਖੋ ਜੇ ਗੇਟ ਨਹੀਂ ਰੱਖ ਸਕਦੇ ਜੇ ਗੇਟ ਰੱਖ ਲਉ ਤਾਂ ਮੱਚ ਬੈਠਾ ਬਾਲਾ ਬਹੁਤ ਵਧੀਆ ਹੈ ਠੀਕ ਹੈ ਉਦੋਂ ਗਾਹ ਆਪਾਂ ਆਗੇ ਆਪਣੇ ਫਾਰਮ ਦੇ ਵੱਲ ਠੀਕ ਹੈ ਆ ਆਪਣਾ ਹੈਗਾ ਆਊਡੋਰ ਐਂਡੋਰ ਵੀ ਬਣਿਆ ਹੋਇਆ ਆਪਣਾ ਠੀਕ ਆ ਆਊਡੋਰ ਇੱਧਰ ਹੋ ਗਿਆ ਐਂਡੋਰ ਹਾਂ ਜਿਹੜਾ ਆਪਾਂ ਦੋਸਤੋ ਬੱਕਰੀਆਂ ਰੱਖਦੇ ਆ ਨਾ ਮੈਂ ਕਿਤੇ ਰੱਸਾ ਨਹੀਂ ਪਾਇਆ ਬੱਕਰੀ ਦੇ ਜੀ ਜੀ ਤੇ ਤੁਸੀਂ ਵੀ ਨਹੀਂ ਰੱਸਾ ਪਾਉਣਾ ਜੇ ਰਸੇ ਨਾਲ ਬੰਨ ਕੇ ਤੁਸੀਂ ਕਰੋਗੇ ਗੋਡ ਫਾਰਮਿੰਗ ਉਹ ਕਾਮਯਾਬ ਨਹੀਂ ਹੋਣੀ ਬਈ ਜੀ ਜੀ ਜਿਹੜੇ ਘਰੇ ਜਿੱਦਾਂ ਰੱਖ ਲੈਂਦੇ ਨੇ ਰਸੇ ਨਾਲ ਬੰਨ ਕੇ ਨਹੀਂ ਉਹ ਬਈ ਉਹਦੇ ਪੈਰ ਵਿੰਗੇ ਹੋ ਜਾਂਦੇ ਆ ਅੱਛਾ ਤੇ ਇਹ ਜਿਹੜਾ ਜਾਨਵਰ ਹੈ ਖੁੱਲਾ ਖੋਸ਼ ਰਹਿੰਦਾ ਕਿਉਂਕਿ ਇਹ ਬਈ ਜਿਹੜੀਆਂ ਬੱਕਰੀਆਂ ਹੈਗੀਆਂ ਨਾ ਇਹ ਬਾਹਰ ਦੀ ਚਰਾੰਤ ਤੇ ਜਾਨਵਰ ਆਏ ਬਾਹਰੋਂ ਖਾ ਕੇ ਗਰੇਜਿੰਗ ਤੇ ਜਿਵੇਂ ਆ ਜੀ ਵੀਰ ਪੁਰਾਣੇ ਤਰੀਕੇ ਨਾਲ ਚਾਰਦੇ ਸੀਗੇ ਹੈਨਾ ਇਹ ਤਾਂ ਆਪਾਂ ਧੱਕੇ ਨਾਲ ਆਪਦੇ ਸਮੇਂ ਦੀ ਆਪਣੂੰ ਲੋੜ ਸੀਗੀ ਜਿਹੜਾ ਆਪਾਂ ਸਟਾਲ ਫੀਡਿੰਗ ਕਰ ਲਈ ਠੀਕ ਆ ਆਪਾਂ ਉਹਨਾਂ ਨੂੰ ਇੱਕ ਕੈਦ ਕਰਕੇ ਰੱਖਦੇ ਆ ਪਰ ਉਹਦਾ ਫੇਰ ਵੀ এনਵਾਇਰਨਮੈਂਟ ਇਹ ਹੋਣਾ ਚਾਹੀਦਾ ਉਹਨੂੰ ਸਟ੍ਰੈਸ ਚ ਨਾ ਆਵੇ ਬੱਕਰੀ ਕਈ ਹੁਣ ਭਰਾ ਕਹਿ ਦਿੰਦੇ ਆ ਬਈ ਬਾਹਰ ਚਾਰੇ ਤੋਂ ਬਿਨਾ ਬੱਕਰੀ ਕਾਮਯਾਬ ਨਹੀਂ ਹੁੰਦੀ ਠੀਕ ਹੈ ਪ੍ਰੋਬਲਮ ਜਰੂਰ ਹੁੰਦੀ ਆ ਉਹ ਸਸਤਾ ਪੈਂਦਾ ਆਪਾਂ ਨੂੰ ਤਰੀਕਾ ਪਰ ਉਹ ਚ ਵੀ ਅੱਜ ਵੱਡੀਆਂ ਸਮੱਸਿਆਵਾਂ ਇਹ ਆ ਕਿ ਆਪਣੇ ਬਾਹਰ ਚランਦਾ ਚਰੁੰਦਾ ਹੈ ਨਹੀਂ ਭਰਾ ਜ਼ਹਿਰ ਪਾਣੀ ਖਾ ਕੇ ਉੱਥੇ ਮਰ ਜਾਂਦੇ ਆ ਉਹਨੀਆਂ ਤੇ ਆਹ ਬੈਸਟ ਹੈਗਾ ਜਿਹੜੇ ਪੜੇ ਲਿਖੇ ਨੌਜਵਾਨਾਂ ਨੇ ਜਾਂ ਚੰਗੇ ਪਰਿਵਾਰ ਜਾਂ ਕਿਸੇ ਨੇ ਨਵਾਂ business ਸ਼ੁਰੂ ਕਰਨਾ ਇੱਕ ਥਾਂ ਤੇ ਟਿਕਾ ਕੇ ਰੱਖ ਸਕਦਾ ਸਟਾਲ ਫੀਡਿੰਗ ਤੇ ਜੀ ਜੀ ਇਹਦੇ ਵਿੱਚ ਵੀ ਦਿਖਾ ਦਿਓ ਮਾੜਾ ਜਿਹਾ ਇੱਕ ਵਾਰ ਕਿਦਾਂ ਕੀ ਇਹਦੇ ਵਿੱਚ ਹੀ ਸਾਰੀ ਕਰਾਮਾਤ ਹੈ ਜੀ ਆਪਣੀ ਐਂਡੋਰ ਦੇ ਵਿੱਚ ਮੇਰੇ ਜਾਨਵਰ ਨੇ ਇੱਥੇ ਬਿਮਾਰ ਹੋਣਾ ਇੱਥੇ ਵਧਣਾ ਉਹਨੇ ਇੱਥੇ ਮੈਨੂੰ ਘਾਟਾ ਪੈਣਾ ਇੱਥੇ ਵਾਧਾ ਹੋਣਾ ਇੱਥੇ ਵਾਧਾ ਹੋਣਾ ਹਾਂ ਠੀਕ ਹੈ ਇੱਕ ਇਹ ਜਿਹੜਾ ਮੇਰਾ ਬਈ ਫਾਰਮ ਹੈਗਾ ਬਹੁਤ ਘੱਟ ਵਾਇਟਸ ਵਿੱਚ ਮੈਂ ਬਣਾਇਆ ਇਹ ਜੀ ਤੁਸੀਂ ਆਹ ਦੋਸਤਾਂ ਨੂੰ ਪਹਿਲੇ ਨੰਬਰ ਤੇ ਛੱਤ ਦਿਖਾ ਦਿਓ ਜੀ ਠੀਕ ਹੈ ਪਹਿਲਾਂ ਮੈਂ ਛੱਤ ਦੇਖੀ ਸੀ ਇਹਦੇ ਬਾਰੇ ਦੱਸੋ ਸਰ ਛੱਤ ਤੁਸੀਂ ਬੜਾ ਇਹਦਾ ਹੋਇਆ ਇਸ ਚੀਜ਼ ਦੀ ਕਿਸ ਚੀਜ਼ ਦੀ ਬਣਾਈ ਹੈ ਇਹ ਕਿਵੇਂ ਹੈ ਇਹ ਇਹ ਵੀਰੇ ਆਪਾਂ ਜਿਵੇਂ ਪੁਰਾਣੇ ਆਪਣੇ ਮਕਾਨ ਤੁਸੀਂ ਦੇਖੋਗੇ ਹਨਾ ਹਾਂ ਅਗਲਾ ਅੱਗੇ ਗਰੀਬੀ ਮਾਰਾ ਹੀ ਬਣਾਉਂਦਾ ਹੁੰਦਾ ਸੀ ਇਹ ਪਰ ਉਹ ਆਪਣੇ এনवायरमेंट ਦੇ ਹਿਸਾਬ ਨਾਲ ਬਹੁਤ ਵਧੀਆ ਸੀ ਗਰਮੀਆਂ 'ਚ ਠੰਡੀ ਰਹਿੰਦੀ ਸੀ ਛਾਲਾਂ ਦੇ ਵਿੱਚ ਨਿੱਘ ਆਉਂਦਾ ਸੀ ਆਪਣੇ ਤੋਂ ਕੱਚਾ ਕਮਰਾ ਤੁਹਾਡਾ ਕੋਈ ਵੀ ਉੱਥੇ ਰਹਿ ਕੇ ਦੇਖ ਲਓ ਜੀ ਹਾਂ ਠੀਕ ਹੈ ਤੇ ਇਹ ਮੈਂ ਛੱਤ ਪਾਈ ਆ ਸਰਕਾਨੇ ਦੀ ਆ ਬਾਸ ਆਪਾਂ ਨੂੰ ਮਿਲ ਗਿਆ ਸੀਗਾ ਠੀਕ ਹੈ ਤੇ ਬਹੁਤ ਘੱਟ ਵਾਈਟ ਚ ਬਣਾਈ ਹੈ ਇਹ ਸਾਰਾ 50-60000 ਰੁਪਿਆ ਲੱਗਿਆ ਆਪਣਾ ਠੀਕ ਹੈ 50 60000 ਦੇ ਵਿੱਚ ਗਾਡਰਾਂ ਵੀ ਆ ਵੀਰੇ ਵਿੱਚ ਕੁਆਂਟਲ ਦੀਆਂ ਕੋਈ 70 ਕਿਲੋ ਦੀ ਗਾਡਰ ਹੈਗੀ ਆ ਇਹ 8 9 ਗਾਡਰਾਂ ਪੰਗਾ ਸੀਂਗਾ ਠੀਕ ਹੈ ਇਹ ਵੀ ਵਿਦ ਵਿੱਚ ਆਉਦੇ ਇਹ ਆਪਾਂ ਕਵਾੜ ਚੋਂ ਲੈ ਕੇ ਗਾਡਰਾਂ ਪੰਗਾ ਸੀਂਗਾ ਕੱਲ ਨੂੰ ਜੇ ਮੈਨੂੰ ਢਾਉਣਾ ਪੈ ਕੇ ਜਾ ਮੇਰੇ ਬੱਚਿਆਂ ਨੂੰ ਜਿਹੜੀ ਮੈਂ 45 ਰੁਪਏ ਕਿਲੋ ਗਾਡਰ ਲਈ ਆ ਠੀਕ ਹੈ ਉਹ 50 60 ਰੁਪਏ ਇਹ ਵੀ ਉਹਨਾਂ ਨੂੰ ਪੈਸੇ ਛੱਡ ਕੇ ਜਾਊਗਾ ਮੇਰਾ ਭਾਗ ਹਾਂ ਬਿਲਕੁਲ ਬਿਲਕੁਲ ਇਹ ਹੁਣ ਇਹਦੀ ਆਪਣ ਲੰਬਾਈ ਚੜਾਈ ਦੀ ਗੱਲ ਕਰਨੀ ਆ ਇਹ ਜਿਹੜਾ ਉਹ ਕਮਰੇ ਨੂੰ ਛੱਡ ਕੇ ਜਿਹੜਾ ਮੈਂ ਬੱਕਰੀਆਂ ਆਸਤੇ ਬਣਾਇਆ ਤੋ ਇਹ ਹੈਗਾ 50 ਫੁੱਟ ਲੰਮਾ ਤੇ 20 ਫੁੱਟ ਚੌੜਾ 50 ਫੁੱਟ ਲੰਮਾ ਤੇ 20 ਫੁੱਟ ਚੌੜਾ ਹਾਂ ਇਹ ਆਪਣਾ ਇਹ ਹੁਣ ਦੋਸਤ ਪੁੱਛਣਗੇ ਕਿ ਕਿੰਨੀਆਂ ਬੱਕਰੀਆਂ ਦਾ ਇਹ ਸਾਰਾ ਸੈਟਅਪ ਆਪਣਾ ਹੈਗਾ 100 ਬੱਕਰੀ ਦਾ ਜੀ 100 ਬੱਕਰੀ ਲਈ ਹਾਂ ਇਹ ਜੋ ਅਲੱਗ-ਅਲੱਗ ਆਪਾ ਪੋਰਸ਼ਨ ਬਣਾਏ ਆ ਠੀਕ ਹੈ ਤੇ ਇੱਕ ਭਰਾ ਬਣ ਕੇ ਜਿਹੜੇ ਨੇ ਵੀ ਫਾਰਮ ਪਾਉਣਾ ਚਾਹੇ ਮੱਝਾਂ ਦਾ ਗਾਇਆਂ ਦਾ ਬੱਕਰੀਆਂ ਦਾ ਦਿਸ਼ਾ ਦਾ ਬਹੁਤ ਧਿਆਨ ਰੱਖਣਾ ਠੀਕ ਹੈ ਕਈ ਫਾਰਮ ਬਣੇ ਹੈਗੇ ਦਿਸ਼ਾ ਦਾ ਧਿਆਨ ਨਹੀਂ ਰੱਖਿਆ ਜਾਂਦਾ ਉੱਥੇ ਜਾਨਵਰ ਮੰਨ ਲਾ ਉਹ ਹੁੰਦਾ ਕੋਸ ਵੀ ਨਹੀਂ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਜ਼ਰੂਰ ਆਉਂਦੀ ਹੈ ਜੇ ਆਪਾਂ ਜਦੋਂ ਪੈਸੇ ਲਾਉਣੀ ਹੈ ਆਪਾਂ ਸਾਰਾ ਦਿਸ਼ਾ ਨਿਰਦੇਸ਼ ਦੇ ਹਿਸਾਬ ਨਾਲ ਹਵਾ ਦਾ ਪਾਣੀ ਦਾ ਧੁੱਪ ਦਾ ਸਾਰਾ ਕੁਝ ਦੇਖ ਕੇ ਰੱਖੀ ਬਿਲਕੁਲ ਬਿਲਕੁਲ ਠੀਕ ਹੈ ਹਾਂ ਇੱਥੋਂ ਦਿਸ਼ਾ ਤੁਹਾਡੀ ਸਾਹਮਣੇ ਧੁੱਪ ਸਾਰਾ ਕਰਾਸ ਆਉਂਦੀ ਹੈ ਜਿਹੜੀ ਆਪਾਂ ਹੁਣ ਮੈਂ ਦੱਸ ਵੀ ਦਿਨਾ ਕੋਈ ਟ੍ਰੇਨਿੰਗ ਲਾਉਣ ਦੀ ਲੋੜ ਨਹੀਂ ਤੁਹਾਨੂੰ ਜਿਹੜੀ ਲੰਬਾਈ ਰੱਖਣੀ ਹੈ ਫਾਰਮ ਦੀ ਲੰਬਾਈ ਠੀਕ ਹੈ ਉਹ ਚੜਦੇ ਤੋਂ ਛੱਬਦੇ ਵੱਲ ਹੈ ਛੱਬਦੇ ਵੱਲ ਤੇ ਜਿਹੜੀ ਚੜਾਈ ਰੱਖਣੀ ਹੈ 20 ਫੁੱਟ ਉਹ ਤੁਹਾਡੀ ਬੈਕ ਸਾਈਡ ਲੱਗਣੀ ਜਿਹਦੀ ਦੱਖਣ ਨਾਲ ਤੇ ਜਿਹੜੀ ਤੁਸੀਂ ਆਊਟਡੋਰ ਬਣਾਉਣਾ ਬਾੜੀ ਬਾਹਰ ਲਈ ਬਣਾਉਣੀ ਆ ਉਹ ਉੱਤਰ ਵਾਲੀ ਦਿਸ਼ਾ 'ਚ ਮੰਨ ਲਓ ਜਿਹੜੇ ਗੇਟ ਆ ਫਾਰਮ ਦੇ ਉੱਤਰ ਵਾਲੀ ਦਿਸ਼ਾ 'ਚ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਇਹ ਦੇਖਣਾ ਇੱਕ ਜਿਹੜੇ ਦੋਸਤ ਤੁਸੀਂ ਆ ਮੇਨ ਗੇਟ ਆ ਤੇ ਇੱਕ ਵਿੰਡੋ ਆ ਇਹ ਜਮਾ ਆਮੋ ਸਾਹਮਣੇ ਹਾਂ ਹਵਾ ਕਰਾਸ ਠੀਕ ਹੈ ਹੁਣ ਇਹਦੇ ਵਿੱਚ ਕੀ ਸਵਾਲ ਆਉਂਦਾ ਅਸੀਂ ਜੀ 50 ਬੱਕਰੀ ਰੱਖਣੀ ਆ 500 ਰੱਖਣੀ ਆ ਠੀਕ ਹੈ ਉਹਦੀ ਕਿੰਨੀ ਮਿਹਨਤੀ ਸ਼ਾਂਤੀ ਜਿਵੇਂ ਹੁਣ ਬਈਆ ਮੈਂ 100 ਬੱਕਰੀ ਦਾ ਜੇ ਮੈਂ 200 ਦਾ ਬਣਾਉਣਾ ਹੁੰਦਾ ਇਹਨੂੰ ਲੰਬਾ ਕਿੰਨਾ ਮਰਜ਼ੀ ਖਿੱਚੀ ਜਾਓ ਆਪਣਾ 2 ਕਿਲੋਮੀਟਰ ਤੇ ਲੈ ਜਾਓ ਜੇ ਤੁਹਾਡੇ ਕੋਲੇ ਗਾਂ ਜਗ੍ਹਾ ਹੈ ਨਹੀਂ ਆਪਦਾ ਹੋਰ ਬਣਾ ਲਓ ਪਰ ਜਿਹੜੀ ਚੜਾਈ ਰੱਖਣੀ ਆ ਉਹ 20x40 ਬਈ ਰੱਖਣੀ ਆ ਅੱਛਾ 20 ਫੁੱਟ ਤੋਂ ਵੱਧ ਨਹੀਂ ਚੱਲਦਾ ਵੱਧ ਨਹੀਂ ਉਹਦਾ ਕੀ ਮੇਨ ਕਾਰਨ ਹੈ ਜਿਹੜੀ ਮੱਝਾਂ ਗੰਗਾਂ ਚ ਤਾਂ ਨਹੀਂ ਮੈਨੂੰ ਪਤਾ ਜਿਹੜੀ ਇਹਦੇ ਵਿੱਚ ਹੁੰਦੀ ਆ ਬੱਕਰੀਆਂ ਦੀਆਂ ਮੀਂਗਣਾ ਬਿਛਾਰ ਦੇ ਵਿੱਚ ਅਮੋਨੀਆ ਗੈਸ ਹੁੰਦੀ ਆ ਬਈ ਅੱਛਾ ਬਹੁਤ ਜਿਹਦੇ ਤੁਸੀਂ ਆਮੀ ਫਾਰਮਾਂ ਤੇ ਵੇਟ ਕਰੋ ਜੀ ਜਾਨਵਰ ਲਿੱッセ ਹੋਣਗੇ ਖੁਸ਼ਕ ਹੋਣਗੇ ਹਾਂ ਠੀਕ ਹੈ ਉਹ ਇਹਦਾ ਇਹੀ ਕਾਰਨ ਹੁੰਦਾ ਮੋਹਣੀਆਂ ਗੈਸ ਦਾ ਅੱਛਾ ਠੀਕ ਹੈ ਜਦੋਂ ਆਪਾਂ ਚੜਾਈ 30 ਫੁੱਟ ਰੱਖ ਲੈਂਦਾ ਕੋਈ 40 ਫੁੱਟ ਉਹਨੂੰ ਜਗ੍ਹਾ ਮਿਲ ਜਾਂਦੀ ਹੈ ਗੈਸ ਨੂੰ ਗੈਸ ਬਣ ਨੂੰ ਜਗ੍ਹਾ ਮਿਲ ਜਾਂਦੀ ਹੈ ਜਗ੍ਹਾ ਹਵਾ ਉਹ ਆਉਂਦੀ ਨਹੀਂ ਕ੍ਰੋਸ ਨਹੀਂ ਹੁੰਦੀ ਉੱਥੇ ਦਿੱਕਤ ਆਉਂਦੀ ਹੈ ਤੇ ਇਹਦੇ ਵਿੱਚ 20 ਫੁੱਟ ਦੇ ਵਿੱਚ ਹਵਾ ਨੂੰ ਖੜਨ ਨੂੰ ਜਗ੍ਹਾ ਨਹੀਂ ਮਿਲਦੀ ਤੇ ਉਹ ਗੈਸ 4-5 ਫੁੱਟ ਦੇ ਥੱਲੇ ਹੀ ਰਹਿੰਦੀ ਹੈ ਨੀਵੀਂ ਇਹ ਥੈਮਾ ਲਾ ਬੱਕਰੀ ਦੇ ਲੈਵਲ 'ਚ ਹੀ ਰਹਿੰਦੀ ਆ ਬੱਕਰੀ ਤਾਂ ਕਿ ਰਾਜੀ ਨਹੀਂ ਹੁੰਦੀ ਜਦੋਂ ਤੁਹਾਡਾ ਅੰਮੋ ਸਾਹਮਣੇ ਹੋਊਗਾ ਹਵਾ ਦਾ ਕ੍ਰੋਸ ਹੋਊਗਾ 20 ਫੁੱਟ ਜਗ੍ਹਾ ਹੋਊਗੀ ਚੌੜੀ ਤੇ ਤੁਹਾਨੂੰ ਇਹ ਦਿੱਕਤ ਨਹੀਂ ਆਉਣੀ ਜੀ ਜੀ ਹਾਂ ਇਹ ਮੇਨ ਪੁਆਇੰਟ ਆ ਇਹਦਾ ओके ਤੇ ਜਿਵੇਂ ਇਹਦੀ ਬਾਰੇ ਗੱਲਾਂ ਕਰਾਂ ਗੱਲ ਕਰਾਂ ਵੀਰੇ ਇੱਟ ਬਾਰੇ ਵੀ ਕਿਹੜੀ ਤੁਸੀਂ ਜਿੱਦਾਂ ਹੁੰਦਾ ਇੱਕ ਟੱਬਲ ਲਗਾਉਨੇ ਆ ਜਾਂ ਹੋਰ ਇੱਕ ਇੱਕ ਨੰਬਰ ਦੋ ਨੰਬਰ ਕਿਹੜੀ ਤੁਸੀਂ ਇੱਟ ਕਿਹੜੀ ਵਰਤੀ ਇਹਦੇ ਲਈ ਇਹ ਬਈ ਮੈਂ ਉਹੀ ਘੱਟ ਖਰਚੇ 'ਚ ਫੇਰ ਗੱਲ ਆ ਜਾਂਦੀ ਐ ਇਹ 'ਚ ਮੈਂ ਸਟਾਰਟਿੰਗ ਤੋਂ ਦਾ ਦਿੰਨਾ ਇਹ ਚੱਪ ਬਈ ਸਵਾ ਨੰਬਰ ਇੱਟ ਲਾਈ ਐ ਸਾਡੇ ਹੁਣ ਇਸ ਟਾਈਮ 68 6300 ਨੂੰ ਇੱਟ ਟੈਕ ਨੰਬਰ ਇਹ ਮੈਂ 3700 ਤੋਂ ਲੈ ਕੇ 4000 ਰੁਪਏ ਤੱਕ ਵਾਲੀ ਇੱਟ ਲਾਈ ਐ 1000 4000 ਹਾਂ ਤੇ ਕੋਈ ਉਹਨੂੰ ਕੋਸ ਨਹੀਂ ਆ ਤੇ ਗਾਰੇ 'ਚ ਚਣਾਈ ਕਰੀਏ ਬਈ ਹੂੰ ਆ ਤੁਸੀਂ ਦਿਖਾ ਦਿਓ ਕੈਮਰਾਮੈਨ ਆਪਣਾ ਕਿਤੇ ਵੀ ਤੁਹਾਨੂੰ ਕੋਈ ਦਿੱਕਤ ਰਹਿੰਦੀ ਹੈ ਇਹ ਸਾਰੀ ਗਾਰੇ ਚ ਚਨਾਈ ਕਰੀ ਹੈ ਉੱਤੋਂ ਆਪਾਂ ਟੀਪ ਕਰਾਇਆ ਦੋ ਇੱਕ ਚ ਤੇ ਉੱਤੇ ਕੋਲਗਾ ਮਾਰਿਆ ਬਈ ਨਿਰਾਜ ਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਨਿਰਾ ਮਸਾਲਾ ਮਾਰੇ ਹਾਂ ਤੇ ਇਹ ਮੈਂ ਪਲਾਸਟਰ ਵੀ ਕਰਨਾ ਸੀ ਪਰ ਪਲਾਸਟਰ ਜਿਹੜਾ ਬਈ ਆਪਣੇ ਹੈਗਾ ਖੇਤਾਂ ਦੇ ਵਿੱਚ ਨਾ ਟਿਕਦਾ ਨਹੀਂ ਆ ਸੂਰਾ ਆ ਜਾਂਦਾ ਜਾਂ ਸੈੱਲ ਚੜ ਜਾਂਦੀ ਹੈ ਜਿਹੜਾ ਟੀ ਪਲਾਸਟਰ ਆ ਇਹ ਬਈ ਪੱਟੀ ਦਾ ਨਹੀਂ ਆ ਇਹ ਪਸ਼ੂਆਂ ਦੇ ਜਿਹੜਾ ਅੰਦਰਲਾ ਪਾਸਾ ਹੈ ਹੁਣ ਘਰੇ ਵੀ ਆਪਣੇ ਦਿੱਕਤ ਹੁੰਦੀ ਹੈ ਜਿਹੜਾ ਸੀਮਿੰਟ ਝੜਨ ਲੱਗ ਜਾਂਦਾ ਤੁਸੀਂ ਮੱਝਾਂ ਗਾਆਂ ਜਾਂ ਕਿਤੇ ਵੀ ਇਹ ਟੀਵ ਕਰ ਦੋ ਇਹ ਝੜਦਾ ਨਹੀਂਗਾ ਇਹ ਤਾਂ ਹੀ ਇਹ ਕਾਲਾ ਕਾਲਾ ਜਿਹਾ ਮੈਂ ਪੁੱਛਾਂ ਹਾਂ ਹਾਏ ਨੀਰਾ ਮਸਾਲਾ ਮਾਰਿਆ ਬਈ ਇਹ ਭੂਲ ਗਿਆ ਉੱਤੇ ਨਾ ਬਰਸ਼ ਮਾਰਿਆ ਇਹ ਵੀ ਦਿਨ ਹੁਣ ਕੋਈ ਸੀਗਾ ਜਿਹੜਾ ਹੋ ਨਹੀਂ ਹੋਏਗਾ ਹਾਂ ਹਾਂਜੀ ਇਹਦੇ ਬਾਰੇ ਹੁਣ ਇੱਕ ਖੁੱਲੀਆਂ ਦਾ ਬਹੁਤ ਰਹਿੰਦਾ ਵੀ ਛੋਟੀ ਬਣਾਈਏ ਵੱਡੀ ਬਣਾਈਏ ਉੱਚੀ ਨੀਵੀ ਇਹਦੇ ਬਾਰੇ ਵੀ ਦੱਸੋ ਖੁੱਲੀ ਬਾਰੇ ਕਿ ਕਿਦਾਂ ਇਹਦਾ ਬਾਈ ਬੱਕਰੀ ਪਾਲਣ ਦੇ ਵਿੱਚ ਅਹਿਮ ਰੋਲ ਆ ਖੁਰਨੀਆਂ ਦਾ ਜਿਹੜਾ ਮੱਝ ਗਾਂ ਹੁੰਦਾ ਪਰ ਆਪਸ ਹੁੰਦਾ ਉਹ ਪੈਰ ਨਹੀਂ ਪਾਉਂਦਾ ਹੁੰਦਾ ਖੁਰਨੀ ਚ ਇਹ ਬੱਕਰੀ ਨੂੰ ਆਤ ਹੁੰਦੀ ਹੈ ਇਹਨੇ ਵਿੱਚ ਵੜ ਜਾਣਾ ਖੁਰਨੀ ਦੇ ਇਹਨੇ ਪੈਰ ਪਾ ਦੇਣੇ ਆ ਜਦੋਂ ਪੈਰ ਲਾਤਾ ਇਹ ਭੁੱਖੀਆਂ ਖੜੀਆਂ ਰਹਿਣੀਆਂ ਇਹ ਉਹ ਪੈਰ ਵਾਲਾ ਹਰਾ ਚਾਰਾ ਜਾਂ ਸੁੱਕਾ ਚਾਰਾ ਜਾਂ ਫੀਡ ਖਾਂਦੀਆਂ ਆਣੀਆਂ ਮਾਲਾ ਬਾਲਾ ਉਹ ਜਨਮ ਰਾਇ 16 ਜਨਮਾ ਤੇ ਪੂਰੀ ਚੰਗਾ ਮਣਮਾ ਹੀ ਖਾਂਦਾ ਇਹ ਇਹਦੇ ਆਸਤੇ ਆਪਾਂ ਖੁਰਨੀਆਂ ਡਿਜ਼ਾਈਨ ਕੀਤੀਆਂ ਬਈ ਠੀਕ ਹੈ ਹੋਰ ਵੀ ਬੜੇ ਫਾਰਮਾਂ ਤੇ ਮੈਂ ਤਿਆਰ ਕਰਵਾਈਆਂ ਠੀਕ ਹੈ ਇਹ ਜਿਵੇਂ ਹੁਣ ਆਪਣੀ ਮੀਮਣਿਆਂਦੀ ਹੈ ਠੀਕ ਹੈ ਇਹ ਛੋਟੀ ਰੱਖੀ ਆ ਬੱਕਰੀਆਂ ਦੇ ਹਿਸਾਬ ਨਾਲ ਡਰਕ ਇਸ ਦੀ ਹਾਈਟ ਦਾ ਹੈ ਵੀ ਕਿੰਨਾ ਕੁ ਹਾਈਟ ਇਹ ਦਾ ਤੁਸੀਂ ਆਪ ਦੇ ਜਾਨਵਰਾਂ ਦੇ ਹਿਸਾਬ ਨਾਲ ਹੁਣ ਕਿਸੇ ਨੇ ਬਰਬਰੀਆਂ ਰੱਖਣੀਆਂ ਬੀਟਲ ਰੱਖਣੀਆਂ ਡੋਡਾ ਮਾਪ ਹੁੰਦਾ ਠੀਕ ਹੈ ਉਹ ਆਪਾਂ ਨੂੰ ਮੈਸੇਜ ਕਰ ਦੇਣਾ ਆਪਾਂ ਦੱਸ ਦਿਆਂਗੇ ਕਿ ਜਿਹੜੀ ਪਰ ਵਿੱਚੋਂ ਫਰਨੀਚਰ ਤਿਆਰ ਕਰਨੀ ਹੈ ਉਹ 9 ਇੰਚੀ ਤਿਆਰ ਕਰਨੀ ਹੈ ਬਾੜੀ ਡੂੰਗੀ ਨਾ ਹੋਵੇ ਬਾੜੀ ਉਹ ਹੋਣਾ ਹੋਵੇ ਤੇ ਆਪਾਂ ਫਾਰਮ ਤੇ ਬਈ ਰਸਤਾ ਛੱਡਿਆ ਫੀਡ ਪਾਉਣ ਨੂੰ ਇਦੋਂ ਉਧਰ ਦੀ ਹਾਂ ਫਾਰਮ ਦੇ ਵਿੱਚ ਵੜਨੀ ਲੋੜ ਨਹੀਂ ਕਿਉਂਕਿ ਜਿਹੜਾ ਬੱਕਰੀਆਂ ਜੇ ਤੁਸੀਂ ਇਹਦੇ ਵਿੱਚ ਚਾਰਾ ਲੈ ਕੇ ਆਓਗੇ ਜਾਂ ਦਾਣਾ ਲੈ ਕੇ ਆਓਗੇ ਇਹਨਾਂ ਨੇ ਸੋਥੋਂ ਖੋਹ ਲੈਣਾ ਛੋੜੇ ਪੈਰ ਮਿੱਦਨੇ ਆ ਤੁਸੀਂ ਛੁੱਟੀ ਮਾਰਨੀ ਆ ਠੀਕ ਹੈ ਇਹਦੇ ਆਸਤੇ ਇਹਦੇ ਵਿੱਚ 10 ਸਾਲਾਂ ਦਾ ਜਵਾਕ ਵੀ ਮੇਰੀ 100 ਬੱਕਰੀ ਸੰਭਾਲ ਸਕਦਾ ਬਿਲਕੁਲ ਬਾਹਰ ਦੀ ਬਾਹਰ ਪਾਊਗਾ ਇੱਕ ਇੱਕ ਖਰਾਬ ਨਹੀਂ ਕਰਦੀਆਂ ਡੋਲਦੀਆਂ ਨਹੀਂ ਇਹਨਾਂ ਨੂੰ ਡੋਲਣ ਦੀ ਬਹੁਤ ਜਿਹੜੇ ਹੁਣ ਭਰਾ ਵੀ ਕਵਾੜਦੀਆਂ ਬਣਾ ਲੈਂਦੇ ਆ ਜਾਂ ਡਰਮ ਕੱਟ ਕੇ ਬਣਾ ਲੈਂਦੇ ਆ ਕੋ ਵੀ ਬਣਾਉਂਦੇ ਨੇ ਹਾਂ ਲੋਹੇ ਦੀ ਆਹ ਉਹ ਬਾਈ ਉਹ ਫੇਲ ਆ ਕੰਮ ਉਹ ਨਾਲੇ ਮਹਿੰਗਾ ਕੰਮ ਨਾਲੇ ਫੇਲ ਆ ਜੇ ਤੁਸੀਂ ਆ ਘਰੇ ਛੋਟਾ ਜਿਹਾ ਤੁਹਾਡਾ ਫਾਰਮ ਹੈਗਾ ਕਮਰਾ ਪੁਰਾਣਾ ਉਹਦੇ 'ਚ ਤੁਸੀਂ ਇਹ ਬਣਾ ਸਕਦੇ ਹੋ 2 ਨੰਬਰ 1.5 ਨੰਬਰ ਰੈਟ ਲੈ ਕੇ ਇਹ 'ਚ ਕੋਈ ਆ ਦੋ ਪਾਈਪਾਂ ਲੱਗਦੀਆਂ ਕੋਈ ਬੜਾ ਖਰਚਾ ਹੈ ਨਹੀਂਗਾ ਆ ਘੱਟੋ ਘੱਟ ਜੇ ਤੁਸੀਂ 5-6 ਜਾਨਵਰ ਰੱਖਣੇ ਵੱਡੇ ਰੱਖ ਸਕਦੇ ਹੋ ਪਰ ਇਹ ਮੇਰਾ ਮੇਮਣੇ ਵਾਲਾ ਇਹ ਮੇਮਣੇ ਨਹੀਂ ਤੁਸੀਂ ਇਹ ਅਲੱਗ-ਅਲੱਗ ਪੋਰਸ਼ਨ ਬਣਾਇਆ ਆ ਆ ਗੱਬਣ ਬੱਕਰੀਆਂ ਦਾ ਉੱਦੋਂ ਆ ਗਿਆ ਉਹ ਬਰੀਡਰਾਂ ਦਾ ਆ ਗਿਆ ਅੱਛਾ ਅੱਛਾ ਹਾਂ ਇਹ ਅਲੱਗ-ਅਲੱਗ ਹੈ ਤੇ ਆਪਾਂ ਸਾਰੇ ਆ ਹਵਾ ਦਾ ਪੂਰਾ ਕਰਾਸ ਰੱਖਿਆ ਹੋਇਆ ਰੋਸ਼ਨਦਾਨ ਰੱਖੇ ਹੋਏ ਆ ਸਾਰਾ ਸਾਰਿਆਂ ਦੀ ਦਿਖ ਰਿਹਾ ਮੈਂ ਹਨਾ ਵਿੰਡੋ ਦੇ ਸਾਹਮ ਆਏ ਬਈ ਹਵਾ ਬਹੁਤ ਐ ਕ੍ਰੋਸ ਹੋਊਗੀ ਗਰਮੀਆਂ ਦੇ ਵਿੱਚ ਤੁਸੀਂ ਆਓਗੇ ਆਪਣੇ ਬਿਨਾ ਪੱਖੇ ਤੋਂ ਜਾਨਵਰ ਬੈਠਣਗੇ ਹੁਣ ਤੇ ਅਮਰੀਕਨ ਗਾਇਆਂ ਦੇ ਤੂੰ ਫੌਗਰ ਲੱਗੇ ਤੂੰ ਬਹੁਤ ਵੇਖਣਾ ਬਈ ਠੀਕ ਐ ਪਰ ਇਹਦੇ ਵਿੱਚ ਤੂੰ ਅਮਰੀਕਨ ਗਾਈ ਬਣਦੀ ਕਿੰਨੀ ਮਰਜੀ ਗਰਮੀ ਚ ਉਹ ਹੌਂਕ ਗਈ ਜਾਂ ਉਹ ਖਰਾਬ ਹੋ ਗਈ ਮੈਂ ਬੈਠਾ ਬਈ ਪਰ ਤੁਸੀਂ ਛੱਤਾਂ ਆਹ ਪਾਓ ਬਈ ਸੀਮੈਂਟਡ ਵਾਲੀਆਂ ਲੋਹੇ ਵਾਲੀਆਂ ਉਹਨਾਂ ਤੋਂ ਬਚੋ ਨਾਲੇ ਤੁਹਾਡਾ ਖਰਚਾ ਬਚੂ ਨਾਲੇ ਖਰਚਾ ਸਸਤਾ ਪੈਂਦਾ ਨਾਲੇ ਠੰਡਾ ਹੁਣ ਕਈ ਭਰਾ ਕਹਿੰਦਾ ਸਿਉਂ ਖਾਓ ਜਾਂਦੀ ਕੋਸ ਨਹੀਂ ਬਈ ਇਹ ਚ ਦਿੱਕਤ ਆਉਂਦੀ ਠੀਕ ਹੈ ਸਪਰੇਅ ਵੱਜ ਜਾਂਦੀ ਹੈ 4-5 ਸਾਲ ਤੈਰ ਖੁੱਲ ਕੇ ਚੱਲੂ ਪਰ ਇਹਨੂੰ 10-20 ਸਾਲ ਮੈਨੂੰ ਪਤਾ ਕੋਸ ਨਹੀਂ ਹੁੰਦਾ ਜੀ ਜੇ 5 ਸਾਲਾਂ ਤੋਂ ਚੇਂਜ ਕਰਨਾ ਪਏਗਾ ਕੱਲਾ ਸਰਕਾਨਾ ਤੇ ਬਾੰਸ ਆ ਬਈ ਇਹ 10 ਤੋਂ 15000 ਦਾ ਮਟੀਰੀਅਲ ਆਉਂਦਾ ਕੋਈ 5000 ਤੁਸੀਂ ਲੇਬਰ ਰੱਖ ਲਓ ਹਾਂ ਤੇ ਇਹਦੇ ਵੀਰੇ ਹੁਣ ਆਰਡਰ ਦੇ ਆਹ ਆਪਾਂ ਹੈਗੇ ਆ ਤੇ ਜਿਹੜਾ ਤੁਸੀਂ ਗੇਟ ਬਣਾਇਆ ਇਹਦਾ ਗੋਲਾਈ ਦਾ ਕੁਝ ਮਤਲਬ ਹੋਇ ਕਿ ਕਿਉਂ ਗੋਲ ਕੱਟ ਬਣਾਇਆ ਇਹ ਗੋਲ ਵੀਰੇ ਵੈਸੇ ਕੋਈ ਇਹਦਾ ਹੈ ਨਹੀਂਗਾ ਵਿਗਿਆਨਕ ਤੌਰ ਕੋਈ ਹੈ ਨਹੀਂਗਾ ਪਰ ਇਹ ਮੈਨੂੰ ਸੋਹਣੇ ਲੱਗਦੇ ਸੀਗੇ ਜਦੋਂ ਨਾ ਮੈਂ ਜਾਂਦੇ ਵੀਡੀਓ ਬੂੜੂ ਜਾਂ ਕਿਸੇ ਫਾਰਮ ਤੇ ਵੈਟ ਕਰਦਾ ਸੀ ਖਾਸ ਕਰ ਕੋੜਿਆਣੇ ਦੇ ਤੁਸੀਂ ਦੇਖੇ ਉਹਨਾਂ ਦੇ ਗੋਲ ਹੁੰਦੇ ਆ ਹਾਂ ਆਪਣੇ ਬੱਕਰੀਆਂ ਵਾਲੇ ਦੇ ਨਹੀਂ ਹੁੰਦੇ ਉਹਨਾਂ ਤੋਂ ਦੇਖ ਕੇ ਮੇਰਾ ਸ਼ੌਂਕ ਸੀਗਾ ਮਾਨ ਦਾ ਬਈ ਆਪਾਂ ਗੋਲ ਗੇਟ ਰੱਖ ਗਏ ਇਹ ਤੁਸੀਂ ਵੀਡੀਓ ਚ ਵੀ ਵੇਖੋ ਸਾਰੇ ਦੋਸਤਾਂ ਨੂੰ ਬਈ ਚੰਗੇ ਲੱਗਣਗੇ ਦੇਖਣ ਚ ਕੋਈ ਖਰਚਾ ਇਹ ਤੇ ਐਡਾ ਆਉਂਦਾ ਨਹੀਂਗਾ ਹਾਂ ਤਾਂ ਹੈ ਜੀ ਗਲਾਈ ਤੇ ਆ ਆਊਟਡੋਰ ਜਿਹੜੀ ਆਪਣੀ ਬਈ ਹੁਣ ਅੰਦਰ ਆਪਾਂ 20 ਫੁੱਟ ਚੌੜਾ ਰੱਖਿਆ ਸੀ 20 ਫੁੱਟ ਜੇ ਕਿਸੇ ਨੇ ਪ੍ਰੋਪਰ ਬੱਕਰੀਆਂ ਦਾ ਫਾਰਮ ਬਣਾਉਣਾ ਉਹ ਤਾਂ ਦੁੱਗਣੀ ਜਗ੍ਹਾ ਰੱਖਣੀ ਹੈ ਬਾਹਰ 20 ਦੀ ਹਾਂ 40 40 ਹੋਰੇ ਹੈਨਾ ਹਾਂ ਇਹ 60 ਫੁੱਟ ਹੋ ਗਿਆ ਲੋਟ ਜੇ ਉਵੇਂ ਰੱਖ ਗਏ ਤੇ ਆ ਹੁਣ ਇਹਦੇ ਵਿੱਚ ਨਾ ਤੁਸੀਂ ਆਮ ਫਾਰਮਰ ਦੇ ਦੇਖਣ ਨੂੰ ਲੋਹੇ ਦੀਆਂ ਅੰਗਲਾਰ ਨਾਲ ਜਾਲੀਆਂ ਲੱਗੀਆਂ ਹੋਣਗੀਆਂ ਲੋਹੇ ਦੇ ਪੈ ਹੁਣ ਲੱਗੇ ਹੁੰਦੇ ਨੇ ਉਹ ਚ ਕੀ ਆ ਬੱਕਰੀ ਸਿੰਘ ਵੀ ਤੜਾ ਲੈਂਦੀ ਆ ਬਈ ਤੇ ਬਾਕੀ ਲੋਹਾ ਮਹਿੰਗਾ ਬਹੁਤ ਆ ਜਿਸ ਨੂੰ ਪਤਾ ਹਨਾ ਬਾਜ਼ਾਰ ਚ ਰੇਟ ਚੈੱਕ ਕਰ ਲੋ ਜੇ ਬਾਕੀ ਉਹ ਕਿਤੇ ਬੱਕਰੀ ਨੇ ਤੋੜਤਾ ਉਹ ਕਰਤਾ ਵੈਲਡਿੰਗ ਵਾਲਾ ਬਈ ਆਉਂਦਾ ਨਹੀਂ ਆਪਾਂ ਉਹੀ ਸਵਾ ਨੰਬਰ ਰੈਟ ਲਾਈ ਆ ਸਵਾ ਠੀਕ ਹੈ ਇਹ ਕਿਤੇ ਨਹੀਂ ਜਾਂਦੀ ਜੇ ਨੂੰ ਵੱਡਾ ਛੋਟਾ ਕਰਨਾ ਆਪਦੀਆਂ ਇਟਾਂ ਦੇ ਢੇਡ ਲੋ ਓਵੇਂ ਫੇਰ ਲਾ ਲੋ ਕੱਲੇ ਮੈਸਤਰੀ ਦੀ ਦਿਹਾੜੀ ਹਾਂ ਉੱਪਰ ਇਟਾਂ ਦੇ ਢੇਡ ਕੇ ਇੰਨਾ ਕਰ ਲੋ ਹਾਂ ਕੋਈ ਅੱਧਾ ਘੱਟਾ ਲੱਗਦਾ ਨਹੀਂ ਆ ਇੱਕ ਕੰਦ ਤੇ ਜੇ ਆਪਾਂ ਓਵੇਂ ਸੀਮੈਂਟ ਦਾ ਖਰਚੇ ਦਾ ਕਰੀਏ ਬਹੁਤ ਵਧੀਆ ਕੰਮ ਆ ਇਹ ਤੇ ਬਾਕੀ ਜਿਹੜੇ ਆ ਮੋਰੇ ਰੱਖੇ ਆ ਹਨਾ ਆ ਰੱਖਿਆ ਇਹ ਸਿਆਲਾਂ ਦੇ ਵਿੱਚ ਇਹਦਾ ਕੀ ਹੁੰਦਾ ਬਈ ਗੁਵਾ ਹੁੰਦਾ ਆਪਣਾ ਹਨਾ ਗੋਬਰ ਨਾਲ ਇੱਕ ਤੁਸੀਂ ਆਪ ਦਾ ਕਰੋ ਬੰਦਾ ਜਾਂ ਆਪ ਕਰ ਲੋ ਗੋਬਰ ਦੇ ਨਾਲੇ ਬੰਦ ਕਰ ਦਿਓ ਸਿਆਲਾ ਚ ਅੱਛਾ ਅੱਛਾ ਠੀਕ ਹੈ ਤੇ ਗਰਮੀਆਂ ਚ ਉਹਨੂੰ ਕੱਢ ਲੋ ਬਈ ਹਾਂ ਨਾਲੇ ਤਾਂ ਉਹ ਤੁਹਾਡਾ ਬਾਲਣ ਬਣ ਜੂਗਾ ਨਾਲੇ ਠੰਡ ਤੋਂ ਜਾਨਵਰ ਇਹ ਵੀ ਸਾਰਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਆਪਾਂ ਘੱਟ ਖਰਚੇ ਚਾਦਦੀਆਂ ਬੱਕਰੀਆਂ ਪਾਲ ਸਕਦੇ ਹਾਂ ਕਿਉਂਕਿ ਡੇਲੀ ਮਿਸਤਰੀ ਸਦਾਂਗੇ ਡੇਲੀ ਹਨਾ ਲੇਬਰ ਵਾਲਾ ਇਹਦਾ ਕੰਮ ਮਹਿੰਗਾ ਪਊਗਾ ਆ ਉਹੀ ਖੁਰਨੀਆਂ ਬਈ ਬਾਰ ਬਣਾਈਆਂ ਹਾਂ ਉਹ ਖੁਰਨੀਆਂ ਆਪਣੀਆਂ ਅੰਦਰ ਵਾਲੀਆਂ ਹੈਗੀਆਂ ਮੀਂਹੇਰੀ ਚ ਠੰਡ ਦੇ ਵਿੱਚ ਜਦੋਂ ਆਪਾਂ ਬੱਕਰੀ ਜਾਂ ਸੂਈ ਆ ਬੱਕਰੀ ਬਾਹਰ ਨਹੀਂ ਕੱਢਣੀ ਹੈਨਾ ਮੇਨ ਖੁਰਨੀਆਂ ਆ ਹੀ ਚੱਲਣੀਆਂ ਇਹ ਚ ਆਪਾਂ ਤੁਹਾਨੂੰ ਹੋਰ ਵੀ ਇਹ ਚ ਪਾਣੀ ਵਾਲਾ ਵੀ ਆਪਾਂ ਐਡ ਕਰਤਾ ਠੀਕ ਹੈ ਕਿਉਂਕਿ ਇਹਨੂੰ ਆਦਤ ਹੁੰਦੀ ਆ ਆਪ ਪਾਣੀ ਪੀ ਕੇ ਵੱਡੀ ਬੱਕਰੀ ਨੇ ਬਿਲਕੁਲ ਜੀ ਬਿਲਕੁਲ ਹਾਂ ਇਹਨੇ ਪੀ ਕੇ ਪਾਣੀ ਇਹਨੇ ਡੋਲ ਦੇਣਾ ਪਾਣੀ ਠੀਕ ਹੈ ਤੇ ਆਹ ਦੇਖ ਲਓ ਆਪਣਾ ਮੰਨ ਲਓ ਆ ਵਿੱਚ ਇਧਰ ਬਣਾਏ ਆਪਾਂ ਪਾਣੀ ਵਾਲਾ ਬਣਾਇਆ ਹੈਨਾ ਆਵੇ ਵਿੱਚ ਇਹਦੇ ਗੇਟ ਵਾਲ ਲਾਈ ਇੱਧਰ ਹਾਂ ਪਰ ਇਹਦੀ ਡੇਲੀ ਸਫਾਈ ਜ਼ਰੂਰੀ ਆ ਬਈ ਅੱਛਾ ਅੱਛਾ ਹਾਂ ਇਹ ਹਰੇ ਵਾਈ ਨਾ ਜੰਮੇ ਵੀ ਪਾਣੀ ਨਹੀਂ ਪੀਂਦੀ ਖਰਾਬ ਪਾਣੀ ਮਤਲਬ ਹਾਂ ਇਹ ਬਈ ਪਾਣੀ ਨਾ ਜਦੋਂ ਇਹਨੇ ਇੱਕ ਮਿੰਗਣ ਡੇਕ ਫੇ ਪਾਣੀ ਦੀ ਇਹ ਬੱਕਰੀਆਂ ਵਾਲਾ ਕੰਮ ਆ ਜਿਹੜਾ ਬਈ ਜ਼ੋਰ ਵਾਲਾ ਨਹੀਂ ਜ਼ਿੰਮੇਵਾਰੀ ਵਾਲਾ ਹੁਣ ਤੂੰ ਪਾਣੀ ਬਾਲਟੀ ਦੀ ਰੱਖ ਗਿਆ ਪੰਜ ਮਿੰਟ ਪਹਿਲਾਂ ਹੂੰ ਹੂੰ ਤੇਰੇ ਮਨ ਨੂੰ ਤਾਂ ਹੈਗਾ ਬਈ ਮੈਂ ਹੁਣ ਘੰਟੇ ਦੋ ਘੰਟੇ ਨੂੰ ਲੋੜਨੀ ਉਦੋਂ ਇੱਕ ਬੱਕਰੀ ਨੇ ਮਿੰਗਣ ਕਰਤੀ ਸਾਰੀਆਂ ਬੱਕਰੀਆਂ ਧਿਆਈਆਂ ਬੈਠੀਆਂ ਰਹਿਣੀਆਂ ਉਹ ਮਿੰਗਣ ਆਲਾ ਪਾਣੀ ਨਹੀਂ ਪੀਂਦੀਆਂ ਅੱਛਾ ਇੰਨਾ ਇਹਨਾਂ ਦਾ ਇੰਨਾ ਸੋਹਲਾ ਕੰਮ ਇਹ ਤੇ ਇਹਦੇ ਵਿੱਚ ਆਪ ਇਹਦੇ ਵਿੱਚ ਤੁਸੀਂ ਟਾਈਮ ਟੂ ਟਾਈਮ ਕਲੀ ਮਾਰਦੇ ਰਹੋ ਨਾਲੇ ਕੈਲਸ਼ੀਅਮ ਬਣੀ ਜਾਊਗੀ ਉਹ ਡੇਲੀ ਪਾਣੀ ਕੱਢਣ ਆਸ ਤੇ ਆਪਾਂ ਪਾਈਪ ਦਿੱਤੀ ਪਾਈਪ ਠੀਕ ਹਾਂ ਹੁਣ ਕਈ ਭਰਾ ਕਹਿੰਦੇ ਆਟੋਮੈਟਿਕ ਕਰਦੇ ਪਾਈਪਾਂ ਪਾ ਕੇ ਉਹ ਵੀਰੇ ਕੀ ਹੁੰਦਾ ਹਰੇ ਬਾਈ ਜਾਮ ਜਾਂਦੇ ਪਾਈਪ ਚ ਹਾਂਜੀ ਠੀਕ ਹੈ ਉਹ ਹਰੇ ਬਾਈ ਵਾਲੀ ਆਗ ਹੀ ਵਿੱਚ ਪਾਣੀ ਪੀਗੀ ਬੱਕਰੀ ਬਿਮਾਰ ਹੋ ਜਾਊਗੀ ਇਹ ਚੱਕ ਕਵਾਲਿਟੀ ਪੈਂਦੀ ਹੈ ਕੋਈ ਐਡਾ ਹੈ ਨਹੀਂਗਾ ਕੰਮ ਲੰਮਾ ਜਾਊਗਾ ਹਾਂ ਉਹ ਤਾਂ ਹੈ ਡੇਲੀ ਪੈ ਜਾਂਦਾ ਹੈ ਨਾ ਹਾਂ ਆ ਆਪਣਾ ਵੀ ਸਾਰਾ ਹੈਗਾ ਆਊਟਡੋਰ ਦਾ ਇੱਧਰ ਆਊਟਡੋਰ ਤੇ ਸਪੈਸ਼ਲ ਧਿਆਨ ਰੱਖਿਓ ਵੀ ਅੰਦਰ ਜੇ 20 ਫੁੱਟ ਜਗ੍ਹਾ ਹੈ ਤਾਂ ਬਾਹਰ ਉਦੋਂ ਤੇ ਬਾਕੀ ਅੱਕੇ ਦੀ ਬਈ ਹੁਣ ਉਚਾਈ ਦੀ ਗੱਲ ਕਰ ਲਈਏ ਛੱਤ ਦੀ ਹਨਾ ਮੇਨ ਦੋਸਤ ਇਹ ਕਮੈਂਟ ਕਰਦੇ ਬਈ ਛੱਤ ਕਿੰਨੇ ਫੁੱਟ ਤੇ ਰੱਖੀ ਐ ਜੇ ਤਾਂ ਦੋਸਤੋ ਤੁਸੀਂ ਸੀਮੈਂਟ ਡਾਲੀਆਂ ਪਾਉਣੀਆਂ ਜਾਂ ਲੋਹੇ ਦੀਆਂ ਚਾਦਰਾਂ ਪਾਉਣੀਆਂ 12 13 ਫੁੱਟ ਹੋਣੀ ਚਾਹੀਦੀ ਐ ਥੋਡੀ 12 ਫੁੱਟ ਉਚਾਈ ਹੁਣ ਕਈ ਥਾਂ ਤੇ ਮਟੀਰੀਅਲ ਨਹੀਂ ਮਿਲਦਾ ਜਾਂ ਕਿਨੇ ਚੰਗੇ ਪੈਸੇ ਲਾਉਣੇ ਆ ਠੀਕ ਐ ਮਹਿੰਗਾ ਕੰਮ ਕਰਨਾ ਉਹ ਘੱਟੋ ਘੱਟ 12 ਫੁੱਟ ਉਚਾਈ ਰੱਖੇ ਛੱਤ ਦੀ ਠੀਕ ਐ ਇਹ ਆਪਣੀ 10 ਫੁੱਟ ਤੇ ਐ ਜੀ अच्छा अच्छा हां ये ਤੁਸੀਂ ਦੱਸਦੇ ਰੱਖੀ ਤੇ ਬਾਕੀ ਇੱਕ ਹੋਰ ਬਈ ਜੇ ਖੇਤ ਫਾਰਮ ਬਣਾਣਾ ਜਿਵੇਂ ਸਾਡਾ ਏਰੀਆ ਝੋਨੇ ਕਣਕ ਵਾਲਾ ਝੋਨੇ ਵਾਲਾ ਹਨਾ ਜਦੋਂ ਝੋਨੇ ਲੱਗ ਜਾਂਦਾ ਪਾਣੀ ਖੜਾ ਹੁੰਦਾ ਰਹੀਆਂ ਸਪਰੇਆਂ ਹੁੰਦੀਆਂ ਹੋਮਸ ਸੰਬੰਧੀ ਗੈਂਸ ਬੰਦੀ ਹੈ ਠੀਕ ਹੈ ਜਿਹੜਾ ਵੀ ਖੇਤ ਫਾਰਮ ਫੋਣਾ ਤੁਹਾਡਾ ਖੇਤ ਦੇ ਨਾਲੋਂ 2.5 3 ਫੁੱਟ 4 ਫੁੱਟ ਉੱਚਾ ਹੋਣਾ ਚਾਹੀਦਾ ਉਹਦਾ ਇੱਕ ਤਾਂ ਉਹ ਕਾਰਨ ਹੈਗਾ ਬਈ ਹਵਾਦਾਰ ਰਹੂਗਾ ਹੁਣ ਉੱਚੇ ਥਾਂ ਥੋੜੀ ਹਵਾ ਕਰਾਸ ਰਹਿੰਦੀ ਹੈ ਖੇਤਾਂ 'ਚ ਇੱਕ ਇਹਦਾ ਕੀ ਹੈ ਬਈ ਜਿਵੇਂ ਹੜ ਆਗੇ ਸੀ ਪਿਛਲੀ ਆ ਟਾਈਮ 'ਚ ਆਪਣੇ ਪੰਜਾਬ 'ਚ ਨਾ ਉਦੋਂ ਬਹੁਤ ਨੁਕਸਾਨ ਹੁੰਦਾ ਹੁਣ ਇਹਦੇ ਬਈ 50000 60000 ਰੁਪਇਆ ਵੱਧ ਤੁਹਾਡਾ ਭਰਤ ਤੇ ਲੱਗ ਜੂ ਪਰ ਉਹਦਾ ਬਈ ਤੁਹਾਨੂੰ ਕੋਈ ਦੁੱਖ ਨਹੀਂਗਾ ਬਾਅਦ 'ਚ ਜੀ ਜੀ ਕੋਈ ਵੀ ਫਾਰਮ ਪਾਉਣਾ ਆਪਦਾ ਪਾਣੀ ਤੋਂ ਹੜ੍ਹਾਂ ਤੋਂ ਬਚਾ ਕੇ ਰੱਖਣਾ ਹਾਂ ਇੱਕ ਬ੍ਰਦਰ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਤੋਂ ਜਿਹੜਾ ਲਾਈਟਨਿੰਗ ਆਪਾਂ ਕਰਦੇ ਆ ਇਹਨਾਂ ਦੀ ਫਿਟਿੰਗ ਕਰਦੇ ਆ ਬਿਜਲੀ ਦੀ ਵੀ ਇਹਦੇ ਕੀ ਸਾਵਧਾਨੀਆਂ ਵਰਤੀਆਂ ਜਾਣ ਤਾਂ ਜੋ ਇਹ ਨਾ ਬਈ ਬਹੁਤ ਸਾਡੇ 11 ਦੋਸਤਾਂ ਦੇ ਨਾ ਬਈ ਲੱਖ ਲੱਖ ਦੋ ਦੋ ਲੱਖ ਦੇ ਵੀ ਬੱਕਰੇ ਮਰੇ ਆ ਕਰੰਟ ਨਾਲ ਅੱਛਾ ਜਿਹੜੇ ਬੱਕਰੀ ਨੂੰ ਆਕਤ ਹੁੰਦੀ ਹੈ ਤਾਰ ਜੱਬਨਦੀ ਹੁੰਦੀ ਹੈ ਇਹਨੂੰ ਖਾਸ ਕਰਕੇ ਮੀਮ ਨੇ ਜਦੋਂ ਇਹਨਾਂ ਮੂਰੇ ਤਾਰ ਆ ਗਈ ਇਹਨਾਂ ਨੇ ਚੱਬ ਦੇਣੀ ਇਹਨਾਂ ਨੇ ਇਹ ਦੇਖਣਾ ਲੈਟ ਹੈਗੀ ਕਿ ਹੈਣੀ ਹੈ ਲੈਟ ਹੈ ਜਦੋਂ ਵੀ ਤੁਸੀਂ ਫਾਰਮ ਦੇ ਵਿੱਚ ਲੇਟ ਦਾ ਕੰਮ ਕਰਾਉਣੀ ਹੋ ਜਾਂ ਤਾਰਾਂ ਦਿਨੇ ਹੋ ਪੂਰਾ ਹਾਈਟ ਤੇ ਹੋਣਾ ਚਾਹੀਦਾ ਤੁਹਾਡਾ ਘੱਟੋ ਘੱਟ 8-9 ਫੁੱਟ ਉੱਚਾ ਹੁਣ ਜਿਵੇਂ ਮੇਰੀ ਤਾਂ ਚਲੋ ਆ ਵਿੱਚ ਹੈਗਾ ਪੋਰਸ਼ਨ ਬਣਿਆ ਪਰ ਫੇਰ ਵੀ ਮੈਂ ਬੋਰਡ ਵਗੈਰਾ ਸਾਰੇ ਉੱਚੇ ਰਖਾਏ ਆ ਬਈ ਬੱਕਰੀ ਖਾ ਨਾ ਸਕੇ ਠੀਕ ਹੈ ਤੇ ਜਿਵੇਂ ਆਪਣੇ ਆ ਹੁਣ ਚਲੋ ਆ ਆਪਣੇ ਹਜੇ ਕੰਮ ਰਹਿੰਦਾ ਤੁਹਾਨੂੰ ਦਿਖਾ ਦਿਆਂ ਜੇ ਕਿਤੇ ਐ ਤਾਰ ਛੋਡੀ ਲੌਂਕ ਦੀ ਆ ਗਈ ਬੱਕਰੀ ਨੇ ਚੜਨਾ ਉਹਨੇ ਮੂੰਹ ਚ ਪਾ ਲੈਣੀ ਥੋੜਾ ਬੱਕਰਾ ਥਾਂ ਤੇ ਹੈ ਉਹਨੂੰ ਪੈਰ ਲਾਉਣ ਦੀ ਆਤ ਹੁੰਦੀ ਹੈ ਯਾਰ ਬਾਈ ਜਿਹੜਾ ਤਗੜਾ ਬੱਕਰਾ ਉਹ ਇੱਥੋਂ ਤਾਂ ਹੀ ਜਾੜੁੰਦਾ ਮੇਰਾ 6 ਫੁੱਟ ਕੱਦ ਦਾ ਹੈ ਤੇ ਆ 8-9 ਫੁੱਟ ਤੱਕ ਬਈ ਬੱਕਰਾ ਪਹੁੰਚ ਜਾਂਦਾ ਮੂੰਹ ਆਪਦਾ ਪਹਿਲੀ ਗੱਲ ਤਾਰ ਨੇੜੇ ਤੇੜੇ ਰੱਖਣੀ ਨਹੀਂ ਕੱਲਾ ਬਲਬ ਜਗਾਉਣਾ ਜਾਂ ਪੱਖਾ ਲਾਉਣਾ ਉਹਨੂੰ ਉੱਪਰ ਦੀ ਲੈ ਕੇ ਜਾਓ ਤਾਰ ਢਿੱਲੀ ਨਹੀਂ ਦੇਣੀ ਤੇ ਚੰਗੀ ਤੇ ਪੈਪ ਪਾ ਕੇ ਆਪਣੇ ਉਹ ਸਾਰੀਆਂ ਪੈਪਾਂ ਪਾ ਦੇ ਦੇਖੋ ਜਿੱਦਾਂ ਇਹਨਾਂ ਨੇ ਪਾ ਕੇ ਜਿਹੜੀ ਬੱਕਰੀ ਲੰਘ ਵੀ ਜਾਵੇ ਉਧਰ ਜਾਂ ਬੱਕਰਾ ਛਾਲ ਮਾਰ ਕੇ ਜਾਵੜੇ ਉਹ ਤਾਰ ਉਹਦੇ ਮੂੰਹ ਨਾਲ ਲੱਗੇ ਜਦੋਂ ਉਹ ਪੈਪ ਤੋੜੂਗਾ ਜਾਂ ਕਿਵੇਂ ਵੀ ਚਲੋ ਆਪਾਂ ਤਾਂ ਕੈਮਰੇ ਲਵਾਉਣੇ ਹਨਾ ਤਾਂ ਕਿ ਇੰਨੀ ਲਾਈਟ ਦਾ ਨਹੀਂ ਇੰਨਾ ਬਿਜਲੀ ਦਾ ਕੋਈ ਪ੍ਰਬੰਧ ਕਰਨ ਦੀ ਲੋੜ ਨਹੀਂ ਮੇਨ ਬਲਬ ਹੁੰਦੇ ਆ ਤੇ ਮੇਨ ਪੱਖਾਂ ਦੀ ਉਹ ਏ ਪਰ ਆਪਾਂ ਕੈਮਰੇ ਕਮਰੇ ਵਗੈਰਾ ਸਾਰਾ ਕੁਝ ਲਗਾਉਣੇ ਤਾਂ ਇਹ ਡੀਫੀਟਿੰਗ ਕਰਾਈ ਆ ਜੀ ਇਹ ਬਹੁਤ ਜ਼ਰੂਰੀ ਆ ਬਾਈ ਕਰੰਟ ਨਾਲ ਬਹੁਤ ਬੱਕਰੇ ਮਰਦੇ ਆ ਬਿਲਕੁਲ ਉਹੀ ਸਾਵਧਾਨੀ ਜ਼ਰੂਰ ਵਰਤੋ ਕਿ ਜਦੋਂ ਵੀ ਲਾਈਟਿੰਗ ਦਾ ਪ੍ਰਬੰਧ ਕਰਦੇ ਹੋ ਨਾ ਤਾਂ ਕੋਈ ਵੀ ਤਾਰ ਨੀਵੀਂ ਨਾ ਹੁਣ ਕਈ ਦੋਸਤ ਇਹ ਚ ਨਾ ਦਾਤੀ ਵਾਲਾ ਪੱਖਾ ਲਾ ਦਿੰਦੇ ਆ ਲੰਮਾ ਤਾਰ ਪਾ ਕੇ ਉਹ ਚ ਮੇਮ ਨੇ ਤੁਰਦੇ ਫਿਰਦੇ ਆਪਣੇ ਦਿਮਾਗ ਚੋਂ ਨਿਕਲ ਜਾਂਦੀ ਏ ਗੱਲ ਬੜੇ ਬਾਈ ਮਰਦੇ ਬੜੀ ਏ ਆ ਇੱਕ ਦੂਜੇ ਨੰਬਰ ਤੇ ਆਈ ਏ ਕੁੱਤਿਆਂ ਵਾਲੀ ਪ੍ਰੋਬਲਮ ਬਾਈ ਹਾਂਜੀ ਇਹ ਕੁੱਤਿਆਂ ਨੇ ਜਾਨਵਰ ਬਹੁਤ ਮ ਠੀਕ ਹੈ ਇਹ ਹਰ ਜ਼ਿਲ੍ਹੇ ਚ ਘਟਨਾ ਹੋਈ ਆ ਪਿਛਲੇ ਸਾਲ ਤਾਂ ਕਿ ਮੇਰੇ ਹਜੇ ਇੱਥੇ ਜਾਨਵਰ ਨਾਲ ਲਿਆਉਂਦਾ ਇਹੀ ਕਾਰਨ ਹੈ ਜਿਹੜੀ ਮੇਰੀ ਬਾਉਂਡਰੀ ਰਹਿੰਦੀ ਆ ਬਈ ਫਾਰਮ ਦੀ ਬਾਉਂਡਰੀ ਘੱਟੋ ਘੱਟ ਚੋਰਾਂ ਤੋਂ ਤੇ ਕੁੱਤਿਆਂ ਤੋਂ ਸੇਫ ਹੋਵੇ 8 ਤੋਂ 10 ਫੁੱਟ ਉਚਾਈ ਹੋਣੀ ਚਾਹੀਦੀ ਆ ਕੁੱਤਾ ਥੱਲੇ ਦੀ ਪੱਟ ਕੇ ਨਾ ਆਉਂਦਾ ਹੋਵੇ ਥੱਲੇ ਪੌਂਦੀ ਵੀ ਨਾ ਆਉਂਦਾ ਹੋਵੇ ਉੱਤੋਂ ਦੀ ਵੀ ਨਾ ਆਉਂਦਾ ਹੋਵੇ ਕਿਉਂਕਿ ਜਦੋਂ ਕੁੱਤੇ ਟੱਪਿਆ ਏ ਥੋੜੀ 10-20 ਹਜ਼ਾਰ ਦੀ ਬੱਕਰੀ ਉਹਨਾਂ ਨੇ ਮਾਰ ਕੇ ਜਾਣਾ ਵੱਧ ਨੁਕਸਾਨ ਕਰਕੇ ਜਾਣਗੇ ਤਾਂ ਕਿ ਮੈਂ ਹੁਣ 1 ਮਹੀਨਾ 2 ਮਹੀਨੇ ਲੇਟ ਲਿਆਉਂਗਾ ਫਾਰਮ 'ਚ ਕੁੱਤਿਆਂ ਤੋਂ ਬਹੁਤ ਬਚਾਉਣਾ ਤੁਸੀਂ ਜਾਨਵਰਾਂ ਨੂੰ ਬਿਲਕੁਲ ਬਿਲਕੁਲ ਤੇ ਮੈਂ ਦੇਖ ਰਿਹਾ ਵੀ ਕਿ ਜਗਾ ਤੁਸੀਂ ਕਾਫੀ ਜ਼ਿਆਦਾ ਕਵਰ ਕੀਤੀ ਹੋਈ ਹੈ ਨਾ ਇੱਧਰ ਨੂੰ ਵੀ ਦੇਖ ਰਿਹਾ ਆ ਪਾ ਇੱਧਰ ਤੁਸੀਂ ਬੱਕਰੀਆਂ ਦਾ ਹੀ ਇੱਥੇ ਇਹਨੇ ਉਹ ਕਰਿਆ ਜਾਂ ਕੋਈ ਹੋਰ ਇਹਨਾਂ ਤੋਂ ਇਲਾਵਾ ਕੋਈ ਹੋਰ ਪਸ਼ੂ ਵੀ ਰੱਖਣ ਦਾ ਪਲਾਨ ਹੈਗਾ ਜਿਹੜਾ ਵੀਰੇ ਮੇਰਾ ਮੇਨ ਮੋਟਿਵ ਸੀਗਾ ਹਨਾ ਹਾਂਜੀ ਹਾਂਜੀ ਚਲੋ ਬੱਕਰੀਆਂ ਦਾ ਮੇਰਾ ਵੀਨਸ ਹੈਗਾ ਬਹੁਤ ਚੱਲਦਾ ਨਾ 7-8 ਸਾਲਾਂ ਤੋਂ ਮੇਰਾ ਨਾਮ ਵੀ ਵਧੀਆ ਬਣਿਆ ਇਹਦੇ ਵਿੱਚ ਹਨਾ ਟ੍ਰੇਨਿੰਗ ਵੀ ਆਪਣਾ ਟ੍ਰੇਨਿੰਗ ਸੈਂਟਰ ਵੀ ਹੈਗਾ ਠੀਕ ਹੈ ਪਰ ਇਹ ਮੇਰਾ ਸਾਰੇ ਜਗਾ ਰੋਕੰਦੇ ਹੁਣ ਚਾਰ ਕਨਾਲਾ ਰੋਕੰਗਾ ਮੈਂ ਚਾਰ ਠੀਕ ਆ ਉਹ ਆਪਣਾ ਹਰਾਚਾਰਾ ਲੱਗਿਆ ਬੱਕਰੀਆਂ ਵਾਸਤੇ ਹਾਂ ਹਾਂ ਇੰਨੀ ਜਗਾ ਰੋਕੰਦਾ ਕੀ ਐ ਬਈ ਅੱਜਕੱਲ ਨਾ ਆਪਾਂ ਸਾਰਾ ਮੈਂ ਮੁੱਲ ਦੀ ਚੀਜ਼ ਖਾਈ ਜਾਂਦਾ ਸੀ ਜੀ ਸਬਜ਼ੀ ਫਲ ਦੁੱਧ ਵੀ ਸਾਡੇ ਮੁੱਲ ਦਾ ਆਉਂਦਾ ਹੀ ਲੱਸੀ ਵੀ ਹਨਾ ਤੇ ਉਹ ਚੰਗਾ ਨਹੀਂ ਲੱਗਦਾ ਜੇ ਜ਼ਿਮੀਂਦਾਰ ਦਾ ਹਨਾ ਆਪਾਂ ਘਰ ਹੋਵੇ ਤੇ ਡੋਲੂ ਚੱਕ ਕੇ ਜਾ ਕੇ ਡਰੀ ਤੇ ਹਨਾ ਤੇ ਇੱਕ ਚਲੋ ਸਾਡੀ ਮਜਬੂਰੀ ਸੀ ਵਾਣ ਠੇਕੇ ਤੇ ਦੇਣਾ ਤੇ ਪਸ਼ੂ ਨਾ ਰੱਖਣਾ ਮੈਂ ਮੰਨ ਲਉ ਭਰਤੀ ਹੋ ਗਿਆ ਸੀਗਾ ਪਰ ਬਈ ਸੇਧ ਤਾਂ ਮੈਨੂੰ ਵੀ ਜ਼ਰੂਰੀ ਹੈ ਜੇ ਮੈਂ ਅੱਜ ਥਾਣੇਦਾਰ ਬਣ ਜਾ ਜਾਂ ਕੁਛ ਵੀ ਬਣ ਜਾ ਹਟਟੈਗ ਤਾਂ ਮੈਨੂੰ ਵੀ ਆਊਗਾ ਬਿਲਕੁਲ ਠੀਕ ਆ ਉਹਦੇ ਆਸਤੇ ਮੈਂ ਇੱਥੇ ਬਈ ਅੱਜ ਘਰ ਦੇ ਨਾਲ ਲੜ ਕੇ ਚਾਰ ਕਨਾਲਾਂ ਥਾੜੀਆਂ ਰੱਖਣਾਂ ਇਹ ਮੇਰਾ ਇੰਟੀਗ੍ਰੇਟਿਡ ਫਾਰਮ ਹੋਊਗਾ ਬਈ ਪਹਿਲਾਂ ਬੱਕਰੀਆਂ ਦੇਣੀਆਂ ਠੀਕ ਹੈ ਇਹਦੇ ਵਿੱਚ ਮੈਂ ਆਪਦੇ ਦੁੱਧ ਆਸਤੇ ਹੁਣ ਆਪਣੀ ਪੰਜਾਬ ਦੀ ਨਸਲ ਨੀਲੀ ਰਾਵੀ ਜਾਂ ਮੂਰਾ ਇਹ ਤੇ ਕੰਮ ਕਰਨਾ ਇੱਕ ਦੋ ਪਸ਼ੂ ਜ਼ਰੂਰ ਲੈਉਣੇ ਬਾਹਲਾ ਵੱਡਾ ਮੈਨੂੰ ਕਹਿੰਦਾ ਠੀਕ ਹੈ ਇੱਕ ਅਧੀ ਦੇਸੀ ਗਾਂ ਨੇ ਹੋਣੀਆਂ ਅੱਛਾ ਠੀਕ ਹੈ ਤੇ ਜਿਵੇਂ ਆਪਨੇ ਆ ਤਲਾਬ ਤਿਆਰ ਕਰਾਉਣਾ ਆਪਾਂ ਮੱਛੀ ਪਾਲਣ ਵਾਸਤੇ ਛੋਟਾ ਜਿਹਾ ਠੀਕ ਹੈ ਤੇ ਇਹਦੇ ਵਿੱਚ ਆਪਾਂ ਖੁੱਡੇ ਵਗੈਰਾ ਬਣਾ ਕੇ ਜਿਵੇਂ ਡੱਕ ਹੋਗੇ ਹਾਂਸ ਹੋਗੇ ਠੀਕ ਹੈ ਜਿਹੜੇ ਪਾਣੀ ਵਾਲੇ ਜੀਵ ਆ ਉਹ ਆਪਾਂ ਇੱਥੇ ਰੱਖਣੇ ਆ ਇਹ ਹਜੇ ਕੰਮ ਪਿਆ ਆਪਣਾ ਪੈਂਡਿੰਗ ਚ ਚੱਲੋ ਹੋ ਜਾ ਤੇ ਬਾਕੀ ਆਪਾਂ ਦੇਸੀ ਮੁਰਗੀਆਂ ਇੱਥੇ ਤੇ ਸਾਰੇ ਤਰ੍ਹਾਂ ਦੀ ਆਰਗੈਨਿਕ ਸਬਜ਼ੀ ਆਪਦੇ ਖਾਣ ਵਾਸਤੇ ਵੇਚਣ ਵਾਸਤੇ ਨਹੀਂ ਹਾਂ ਹਾਂ ਆ ਦੇ ਖਾਣਾ ਤੇ ਸਬਜ਼ੀ ਉਹ ਆਪਾਂ ਪ੍ਰਾਲੀ ਰੱਖੀ ਹੈ ਮਲਚਿੰਗ ਆਸਤੇ ਠੀਕ ਹੈ ਬਿਨਾਂ ਰੇ ਸਪਰੇਅ ਤੋਂ ਇੱਥੇ ਆ ਆਪਾਂ ਜਿਹੜੀਆਂ ਮੀਂਗਣਾ ਹੋਇਆ ਕਰਨੀਆਂ ਇਧਰ ਸੜਦਾ ਕਰਨੀਆਂ ਠੀਕ ਹੈ ਹਰ ਇੱਕ ਤਰ੍ਹਾਂ ਦੀ ਸਬਜ਼ੀ ਤੇ ਆ ਮੀਂਹ ਨਾ ਟਪਾ ਕੇ ਕਿਉਂਕਿ ਇਹ ਹੁਣ ਕੋਰੇ ਦਾ ਮਹੀਨਾ ਤੇ ਆਪਾਂ ਵੀ ਇੱਥੇ ਹਰ ਤਰ੍ਹਾਂ ਦਾ ਜਿਹੜਾ ਫਾਲ ਫਰੂਟ ਆਪਣਾ ਦੇਸੀ ਫਾਲ ਫਰੂਟ ਤੇ ਹੋਰ ਵੀ ਜਿਹੜੀਆਂ ਹਰ ਕਿਸਮ ਦਾ ਤੁਹਾਨੂੰ ਸਾਲ ਦੋ ਸਾਲਾਂ ਤੋਂ ਬਾਅਦ ਤੁਹਾਨੂੰ ਜਦੋਂ ਅਗਲੀ ਵੀਡੀਓ ਦੇਖੋਗੇ ਨਾ ਤੁਸੀਂ ਇੱਥੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਫਾਲ ਫਰੂਟ ਮਿਲੇਗਾ ਭਈ ਆਪਣੇ ਆਪ ਦੇ ਜਵਾਕਾਂ ਨੂੰ ਆਪਾਂ ਚੰਗੀ ਚੀਜ਼ ਦੇ ਸਕੀਏ ਆਪਦੇ ਰਸੋਈ ਚੋਂ ਜ਼ਹਿਰ ਕੱਢ ਸਕੀਏ ਬਿਲਕੁਲ ਬਿਲਕੁਲ ਤੇ ਆਰਗੇਨਿਕ ਹੋਏਗੀ ਸਾਰਾ ਉਹ ਆਰਗੇਨਿਕ ਨਾ ਬਈ ਮੀਂਹ ਤਾਂ ਮਿੰਗ ਨਹੀਂ ਆਗਾ ਠੀਕ ਹੈ ਉਹ ਆਪਾਂ ਉਧਰ ਗਡੋਿਆਂ ਵਾਲਾ ਵੀ ਲਾਇਆ ਹੋਇਆ ਪਲਾਂਟ ਠੀਕ ਹੈ ਗਡੋਆ ਖਾਦ ਪਾਇਆ ਕਰਨੀ ਆ ਹੋਰ ਵੀ ਬਹੁਤ ਕੁਸ ਆਪਾਂ ਕੱਚੀ ਦੱਸੀ ਵਗੈਰਾ ਉਹ ਹਜੇ ਨਾ ਤਿਆਰ ਕਰਨਾ ਥੋੜਾ ਜਿਹਾ ਠੰਡ ਕਰਕੇ ਰੁਕੇ ਹੋਏ ਆ ਤੇ ਆਪਾਂ ਠੰਡ ਤੋਂ ਬਾਅਦ ਉਹ ਅਗਲਾ ਪ੍ਰੋਜੈਕਟ ਸਾਰਾ ਜਿਹੜਾ ਸਬਜ਼ੀ ਵਗੈਰਾ ਦਾ ਸਾਰਾ ਚਲਾਉਣਾ ਇੱਥੇ ਆਪਾਂ ਇੱਕ ਤਾਂ ਬਈਏ ਨਾ ਆਪਣੇ ਖਾਲ ਵਗੈਰਾ ਚਾਰੇ ਪਾਸੇ ਹਨਾ ਪਾਣੀ ਗਏ ਏਰੀਆ ਜੇ ਆਪਾਂ 12 12 ਫੁੱਟ ਜਗ੍ਹਾ ਛੱਡੀ ਹੋਈ ਹੈ ਇਹ ਜਦੋਂ ਆਪਾਂ ਇੱਥੋਂ ਬਾਉਂਡਰੀ ਕਰਤੀ ਠੀਕ ਹੈ ਇਹਦੇ ਵਿੱਚ ਮੈਂ ਦੇਸੀ ਮੁਰਗੀਆਂ ਦੇ ਖੁੱਡੇ ਬਣਾਉਂਗਾ अच्छा अच्छा ठीक है फ्री रेंज ਉਹ ਆਪੇ ਬਾਹਰ ਅੰਦਰ ਜਾਈ ਜਾ ਕਰਨੀਆਂ ਤੇ ਜਿਹੜੀ ਹੋਰ ਕੋਈ ਪਾਸੇ ਜਗਾ ਰਹੇਗੀ ਜਿਵੇਂ ਡਰੈਗਨ ਫਰੂਟ ਹੋ ਗਿਆ ਦੇਸੀ ਗਲਾਬ ਹੋ ਗਿਆ ਠੀਕ ਹੈ ਜਿਵੇਂ ਜਿਹੜੀ ਮੇਰੀ ਜਾਲੀ ਤੇ ਵੀ ਮੈਂ ਆਮਦਨ ਲਊਗਾ ਬਾਈ ਉਹ ਤੇ ਕਲੇਲੇ ਝਾੜ ਕਲੇਲੇ ਸਾਰਾ ਕੁਝ ਹੈ ਪੂਰਾ ਹਜੇ ਪੂਰਾ ਸਿਸਟਮ ਆਪਣਾ ਹੈਗਾ ਉਹ ਤੇ ਕਿਉਂਕਿ ਇਹ ਮੈਂ ਲੇਟ ਸ਼ੁਰੂ ਕੀਤਾ ਸੀ ਇੱਕ ਠੰਡ ਦਾ ਸੀਜ਼ਨ ਆ ਗਿਆ ਹਨਾ ਲੇਬਰ ਵੀ ਨਹੀਂ ਮਿਲਦੀ ਸੀ ਹੁਣ ਦਿਨ ਛੋਟੇ ਕੰਮ ਨਹੀਂ ਨਿਬੜਦਾ ਤਾਂ ਕਰਕੇ ਆਪਣਾ ਹਜੇ ਕੰਮ ਰੋਕੀ ਬੈਠੇ ਆਪਾਂ ਜੀ 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 ਹਾਂ ਕਾਫੀ ਦਰਸ਼ਕੋ ਕਾਫੀ ਜਿਹੜਾ ਹੈਗਾ ਆ ਮਾਡਰਨ ਟਾਈਪ ਦਾ ਇਹਨਾਂ ਨੇ ਬਣਾਇਆ ਹੋਇਆ ਹੈ ਦਿਸ਼ਾ ਦੇ ਵੀ ਬੇਸ ਤੇ ਵੀ ਤੇ ਲੰਬਾਈ ਚੌੜਾਈ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਹੈਗਾ ਜੇ ਕੁਝ ਹੋਰ ਤੁਹਾਡਾ ਪਸ਼ੂਆਂ ਦੇ ਜਿਹੜਾ ਹੈ ਬੱਕਰੀਆਂ ਦੇ ਸ਼ੈੱਡ ਦੇ ਰਿਲੇਟਡ ਕੋਈ ਵੀ ਤੁਹਾਡਾ ਕੋਈ ਸਵਾਲ ਹੈ ਜਾਂ ਕੁਝ ਵੀ ਹੈ ਤਾਂ ਤੁਸੀਂ ਉਹ ਕਮੈਂਟ ਬਾਕਸ ਦੇ ਵਿੱਚ ਸਵਾਲ ਆਪਣਾ ਸੁਝਾਅ ਦੇ ਸਕਦੇ ਹੋ ਤੇ ਇੱਕ ਤੁਸੀਂ ਲਾਸਟ ਦੇ ਵਿੱਚ ਆਪਣੇ ਬੱਕਰੀ ਪਾਲਣ ਜਿਹੜੇ ਹੈਗੇ ਨੇ ਕਰਨੇ ਨੇ ਨਵੇਂ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋਗੇ ਸਨੇਹਾ ਹੀ ਆ ਵੀਰੇ ਕੰਮ ਬਹੁਤ ਵਧੀਆ ਇਹ ਮਾੜਾ ਹੈ ਨਹੀਂਗਾ ਬਾਈ ਠੀਕ ਹੈ ਕੋਈ ਸ਼ਰਮ ਆਂਦਾ ਮੇਰੇ ਕੋਲੇ ਆ ਜਾਓ ਸ਼ਰਮ ਆਪਾਂ ਦੀ ਤੋੜ ਦੇਾਂਗੇ ਠੀਕ ਹੈ ਮੈਨੂੰ 8 ਸਾਲ ਹੋ ਗਏ ਬਾਈ ਸਾਰਾ ਕੁਝ ਮਹਾਰਾਜ ਨੇ ਦਿੱਤਾ ਫਿਰ ਵੀ ਆਪਾਂ ਬੱਕਰੀਆਂ ਰੱਖਾਂਗੇ ਹੋਗਾ ਬਹੁਤ ਕਰਮਾਂ ਵਾਲੀ ਚੀਜ਼ ਹੈ ਬਾਕੀ ਪੰਜਾਬ ਦੀ ਵੱਡੀ ਨਸਲ ਆਏ ਦੁਨੀਆ ਦੀ ਜਿਹੜੀ ਆਪਣੀ ਪੰਜਾਬ ਦੀ ਨਸਲ ਬੱਕਰੀ ਹੈ ਦੁਨੀਆ ਦੀ ਸਭ ਤੋਂ ਵੱਡੀ ਬੱਕਰੀ ਹੈ ਤੇ ਆਪ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਸ਼ਰਮ ਨਹੀਂ ਆਉਣੀ ਚਾਹੀਦੀ ਪਰ ਦੋਸਤੋ ਇਹਦੇ ਵਿੱਚ 100 ਬੰਦਾ ਸ਼ੁਰੂ ਕਰਦੇ 90 ਫੇਲ ਹੁੰਦੇ ਆ ਉਹ ਸਾਡਾ ਵੀ ਹੱਥ ਹੈਗਾ ਵਪਾਰੀਆਂ ਦਾ ਵੀ ਹੱਥ ਹੈਗਾ ਠੀਕ ਹੈ ਚੈਨਲ ਵਾਲਿਆਂ ਦਾ ਵੀ ਹੱਥ ਹੈਗਾ ਫੇਲ ਕਰਨ ਦੇ ਵਿੱਚ ਪਰ ਸਹੀ ਤੁਸੀਂ ਆਦਾ ਸਿੱਖ ਕੇ ਪੂਰੀ ਜਾਣਕਾਰੀ ਲੈ ਕੇ ਤੇ ਪੱਕੇ ਪੈਰ ਕਰੋ ਬਈ ਬਿਲਕੁਲ ਇਹ ਨਾ ਕਰੋ ਯਾਰ ਵੇਖ ਲੈਣਿਆ ਕਰਕੇ ਜੇ ਇਹ ਜੇ ਆ ਗਈ ਫੇਰ ਬਈ ਤੁਸੀਂ ਅੱਜ ਵੀ ਫੇਲ ਆ ਕੱਲ ਵੀ ਫੇਲ ਕੰਮ ਕਰਨਾ ਪੱਕੇ ਪੈਰੀ ਆਉ ਇਹਦੇ ਵਿੱਚ ਤੇ ਬਹੁਤ ਵਧੀਆ ਪੈਸਾ ਬਹੁਤ ਵਧੀਆ ਮੁਨਾਫਾ ਤੇ ਬਹੁਤ ਵਧੀਆ ਖੁਸ਼ੀ ਮਿਲਦੀ ਹੈ ਬਈ ਇਹ ਕੰਮ ਚ ਜੀ ਜੀ ਹਾਂ ਜੀ ਅਹ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਲਈ ਇੰਨਾ ਸਮਾਂ ਕੱਢਿਆ ਧੰਨਵਾਦ ਜੀ